ਕੈਪਟਨ ਸਭ ਤੋਂ ਚੰਗੇ ਲੱਗਦੇ ਹੋ ਉਹ ਪਤਾ ਤਾਂ ਫਿਰ ਉਹਦੀ ਗੱਲ ਨਹੀਂ ਅਸੀਂ ਆਵਾਜ਼ਾਂ ਚੁੱਕੀਆਂ ਆ ਬਾਜ਼ਾਰਾਂ ਦੇ ਖਿਲਾਫ ਤੇ ਸਿੱਧੂ ਸਾਹਾ ਦਾ ਸਾਥ ਦਿੱਤਾ ਇਸ ਕਰਕੇ ਸਾਡਾ ਕ੍ਰੈਸ਼ਰ ਵਾਲਾ ਮਾਮਲਾ ਚੱਕ ਲਿਆ ਜਿਨ੍ਹਾਂ ਲੋਕਾਂ ਨੂੰ ਇਸ ਗੱਲ ਦਾ ਖਦਸ਼ਾ ਹੈ ਕਿ ਜੇ ਕੈਪਟਨ ਅਮਰਿੰਦਰ ਸਿੰਘ ਰਾਜ ਭਾਗ ਦੇ ਵਿੱਚ ਹੈਗੇ ਤਾਂ ਸਾਡਾ ਤੋਰੀ ਫੁਲਕਾ ਚੱਲੀ ਜਾਊ ਤਕਲੀਫ ਉਹਨਾਂ ਲੋਕਾਂ ਨੂੰ ਆ ਮੈਂ ਹੁਣ ਜੋ ਸਾਫ਼ ਸ਼ਬਦਾਂ ਚ ਕਹਾਂ ਤਨਖਾਹ ਲੈਣ ਵਾਲੇ ਚਮਚੇ ਚਾਹ ਦੇ ਕੱਪ ਪੀਉਣ ਵਾਲੇ ਬਾਦੂ ਦਾ ਸਟਾਫ ਜਿਹੜਾ ਜਿਨ੍ਹਾਂ ਦੀ ਕੋਈ ਦੇਣ ਨਹੀਂ ਕਾਂਗਰਸ ਪਾਰਟੀ ਨੂੰ ਇਹ ਉਹਨਾਂ ਲੋਕਾਂ ਦਾ ਕਰਿਆ ਕਰਾਇਆ ਕੰਮ ਆ। ਇਹ ਉਹ ਤਾਂ ਕਹਿੰਦੇ ਲੀਗਲੀ ਕੀਤਾ ਸੀ 1 ਕਰੋੜ 56 ਲੱਖ ਦੀ ਰੀਅਲਟੀ ਰਹਿੰਦੀ ਆ। ਉਹ ਦਫ਼ਤਰ ਵਾਲੇ ਬੰਦੇ ਦੀ ਜਿਹਦੀ ਮੈਂ ਗੱਲ ਕਰਿਆ ਨਾ ਉਹ ਲਿਸਟ ਬਣਾਉਂਦਾ ਏ। ਜਾ ਕੇ ਕਹਿੰਦਾ ਜੀ ਆਹਾ ਹਾ ਇਹ ਨਾ ਐਮ.ਐਲ.ਏ. ਨਾਲ ਮੇਰੀ ਗੱਲ ਹੋ ਗਈ ਏ। ਨਾਂ ਲਾਉਂਗਾ ਬਹੁਤ ਜਲਦੀ ਲਾਉਂਗਾ। ਨਾਮ ਤਾਂ ਸੀ ਲਾਉਂਗਾ ਕਿ ਮੈਂ ਦੱਸ ਦਵਾਂ। ਤੁਹਾਨੂੰ ਪਤਾ ਤਾਂ ਫਿਰ ਸੰਦੀ ਕਿ ਤੁਸੀਂ ਕੌਣ ਹੀ ਲਾਗੇ। ਮੈਂ ਲਾਉਂਗਾ। ਸਿਆਸੀ ਹਲਕੇ ਤੇ ਇਲਜ਼ਾਮ ਲਾਇਆ ਜਾਂਦਾ। ਕਿ ਕੈਪਟਨ ਤੇ ਬਾਦਰ ਵਾਲੇ ਹੋ ਜਾਂ ਤੁਹਾਨੂੰ ਵੀ ਆ ਲੱਗਦਾ। ਇਹ ਲੋਕ ਨੇ ਉਹ ਬਹੁਤ ਬਿਹਤਰ ਜਾਣਦੇ ਨੇ। ਤੁਹਾਡੇ ਵਿਰੋਧੀ ਤੇ ਤੁਹਾਡੇ ਫਾਦਰ ਸਾਨੂੰ ਕਹਿੰਦੇ ਆ ਕੋਟੇ ਆ ਇਹ ਜਿਵੇਂ ਦਾ ਤੋਤਾ ਸਿੰਘ ਦੀ ਨਕਮੇ ਤੇ ਵਾਹੀ ਹਾਦ ਬੱਚੇ ਨੂੰ ਮੈਂ ਕਹਿੰਨਾ ਕਿ 2017 ਚ ਤੈਨੂੰ ਤੀਜੇ ਨੰਬਰ ਤੇ ਲਿਆ ਕੇ ਮੋਗੇ ਵਾਲੇ ਨੇ ਦਸਤਾ ਕਿ ਖੋਟਾ ਕੌਣਾ ਤੇ ਖਰਾ ਕੌਣਾ ਸਿਆਸੀ ਲੋਕ ਨਿਆਂਇਮ ਨਹੀਂ ਕਰਦੇ ਤੇ ਤੁਹਾਡੇ ਰਹੀਮ ਸੁਖਬੀਰ ਬਾਦਲ ਨੂੰ ਚੈਲੰਜ ਕਰਕੇ ਜੈਨਾ ਤੇ ਬਾਹ ਫੜ ਕੇ ਤੈਨੂੰ ਉੱਥੇ ਵੀ ਲੈ ਕੇ ਚੱਲੂ ਜਿੱਥੇ 2-200 ਫੁੱਟ ਖੱਡੇ ਆ ਤੇਰੇ ਜਿਹਾ ਦਾ ਤੋਤਾ ਸਿੰਘ ਦੇ ਮੁੰਡੇ ਨੇ ਪਾਏ ਹੋਏ ਆ ਅਫਸਰ ਸਾਹੀ ਹਜੇ ਵੀ ਬਾਦਲਾਂ ਦੇ ਕਹਿੰਦੇ ਕੰਮ ਕਰਦੀ ਬਾਦਲਾਂ ਦੇ ਘੇਰ ਤੇ ਨਹੀਂ ਕੰਮ ਕਰਦੀ ਬੇਲਗਾਮ ਆ ਜਸਟਿਸ ਦੇਖ ਰਹੇ ਤੁਸੀਂ ਮੈਂ ਕੇਪੀ ਸਿੰਘ 뷰ਪੁਆਇੰਟ ਤੇ ਤੁਹਾਡਾ ਸਭ ਦਾ ਸਵਾਗਤ ਕਰਦਾ ਹਾਂ ਕਾਂਗਰਸ ਦੇ ਵਿੱਚ ਕਲੇਸ਼ ਹੈ ਜਿਹੜਾ ਮੁੱਕ ਨਹੀਂ ਸਕਦਾ ਕਾ ਇਹ ਕਾਂਗਰਸੀ ਖੁਦ ਕਹਿ ਰਹੇ ਆ ਪਤਾ ਨਹੀਂ ਕਿਉਂ ਕਹਿ ਰਹੇ ਆ ਇਹ ਕਾਂਗਰਸ ਨੂੰ ਸਮਝਣ ਦੀ ਅਸੀਂ ਕੋਸ਼ਿਸ਼ ਕਰ ਰਹੇ ਹਾਂ ਲਗਾਤਾਰ ਨਿਰੋਸਨ ਸਿੱਧੂ ਪ੍ਰਧਾਨ ਬਣਿਆ ਕਹਿੰਦੇ ਕਲੇਸ਼ ਮੁੱਕ ਜਾਊਗਾ ਪਰ ਕਲੇਸ਼ ਹੋਰ ਸ਼ੁਰੂ ਹੋ ਕੇ ਆ ਤੇ ਇਹਨਾਂ ਸਾਰੇ ਮੁੱਦਿਆਂ ਤੇ ਗੱਲਬਾਤ ਕਰਨ ਦੇ ਲਈ ਸਾਡੇ ਨਾਲ ਖਾਸ ਮਹਿਮਾਨ ਮੌਜੂਦ ਆ ਯੂਥ ਲੀਡਰ ਕਾਂਗਰਸ ਦੇ ਤੇ ਦਰਸ਼ਨ ਸਿੰਘ ਬਰਾੜ ਵਿਧਾਇਕ ਉਹਨਾਂ ਦੇ ਫਰਜੰਦ ਤਿੰਨਵਾਰ ਐਮਐਲਏ ਰਹੇ ਦਰਸ਼ਨ ਸਿੰਘ ਬਰਾੜ ਉਹਨਾਂ ਦੇ ਫਰਜੰਦ ਕਮਲਜੀਤ ਸਿੰਘ ਬਰਾ ਬਰਾਤ ਸਾਹਿਬਾ ਸਵਾਗਤ ਹੈ ਤੁਹਾਡਾ ਧੰਨਵਾਦ ਜੀ ਬਰਾਤ ਸਾਹਿਬ ਤੁਸੀਂ ਸਿੱਧੂ ਸਾਹਿਬ ਦੀ ਡਟ ਕੇ ਹਮਾਇਤ ਕੀਤੀ ਹੈ ਤੇ ਕੈਪਟਨ ਸਾਹਿਬ ਚੰਗੇ ਲੱਗਦੇ ਹੋ ਨਹੀਂ ਕੈਪਟਨ ਸਾਹਿਬ ਬਹੁਤ ਵਧੀਆ ਇਮਾਨਦਾਰ ਤੇ ਸੋਝਵਾਨ ਤੇ ਦਰਿਆਦ ਲਾਗੂ ਨੇ ਸਾਡੀ ਪਾਰਟੀ ਦੇ ਸਿੱਧੂ ਸਾਹਿਬ ਦੀ ਸਪੋਰਟ ਇਸ ਕਾਂਗਰਸ ਪਾਰਟੀ ਦਾ ਹਰੇਕ ਵਰਕਰ ਨੂੰ ਹਰੇਕ ਲੀਡਰ ਨੂੰ ਇੱਕ ਸਾਡਾ ਅਸੂਲ ਹੈ ਕਿ ਜਿਹਨੂੰ ਹਾਈ ਕਮਾਂਡ ਵਾਗਡੋਰ ਸੌਂਪਦੀ ਹੈ ਸੰਗਠਨ ਦੀ ਗੱਲ ਅਲੱਗ ਹੈ ਸਰਕਾਰ ਦੀ ਗੱਲ ਅਲੱਗ ਹੈ ਸੰਗਠਨ ਦਾ ਜਿਹੜਾ ਪ੍ਰਧਾਨ ਆ ਉਹ ਨਵਜੋਤ ਸਿੰਘ ਸਿੱਧੂ ਨੂੰ ਬਣਾਇਆ ਉਸ ਤੋਂ ਪਹਿਲਾਂ 20 ਬੜੇ ਪ੍ਰਧਾਨ ਆਏ ਆ ਸਰਦਾ ਪ੍ਰਤਾਪ ਸਿੰਘ ਬਾਜਵਾ ਪ੍ਰਧਾਨ ਰਹੇ ਆ ਕੇਪੀ ਸਾਹਿਬ ਰਹੇ ਆ ਬੀਬੀ ਪੱਠਲ ਰਹੇ ਆ ਤੇ ਸਭ ਦੇ ਨਾਲ ਖੜਨਾ ਤੁਰਨਾ ਉਹ ਕੋਈ ਸਾਡਾ ਅਸੀਂ ਕਾਂਗਰਸ ਪਰਿਵਾਰ ਦਾ ਹਿੱਸਾ ਆ ਸਾਰੇ ਲੋਕ ਤੇ ਅਸੀਂ ਕਾਂਗਰਸ ਦਾ ਜਿਹੜਾ ਮੁਖੀ ਆ ਹੁੰਦਾ ਪਰਿਵਾਰ ਦਾ ਜਿਹਨੂੰ ਮੁਖੀ ਸਥਾਪਿਆ ਜਾਂਦਾ ਉਹਦੇ ਮਗਰ ਲੱਗ ਕੇ ਉਹਦੀ ਉਂਗਲ ਫੜ ਕੇ ਚੱਲਣਾ ਹੁੰਦਾ ਸਭ ਨੇ ਇਹ ਕੋਈ ਗੁਨਾਹ ਥੋੜੀ ਆ ਨਹੀਂ ਤੁਸੀਂ ਟਰੈਕ ਤਾਂ ਨਹੀਂ ਸ਼ਿਫਟ ਕਰ ਲਿਆ ਉਹਦਾ ਵੀ ਮੇਲਾ ਕੈਪਟਨ ਸਾਹਿਬ ਨਾਲ ਸੀ ਹੁਣ ਪਤਾ ਵੀ ਕੈਪਟਨ ਸਾਹਿਬ ਜਾਣ ਵਾਲੇ ਆ ਤੇ ਟਿਕਟ ਇਧਰੋਂ ਹੀ ਮਿਲਣੀ ਆ ਇਧਰ ਇਦਾਂ ਨਹੀਂ ਸੱਤ ਵਾਰ ਜਿਸ ਬੰਦੇ ਨੇ ਚੋਣ ਲੜੀ ਆ 1985 ਚ ਪਹਿਲੀ ਚੋਣ ਲੜੀ ਸਰਦਾਰ ਦਸ਼ਪ ਸਿੰਘ ਬਰਾੜ ਨੇ ਬਾਘੇਪੁਰ ਨੇ ਤੋਂ 1985 ਚ ਹਾਲਾਤ ਤੁਹਾਨੂੰ ਪਤਾ ਬਹੁਤ ਤੁਸੀਂ ਬਹੁਤ ਸਿਆਣੇ ਹੋ ਤੁਹਾਨੂੰ ਹਾਲਾਤ ਪਤਾ ਪੰਜਾਬ ਦੇ ਕੀ ਸੀ ਕਿੰਨਾ ਹਾਲਾਤਾਂ ਚ ਪੰਜਾਬ ਲੰਘ ਰਿਹਾ ਸੀ ਤੇ ਜਿਸ ਬੰਦੇ ਨੇ 1985 ਚ ਜਿਹੜੇ 92 ਚ ਵੀ ਲੋਕਾਂ ਨੇ ਟਿਕਟਾਂ ਵਾਪਸ ਕਰਤੀਆਂ ਸੀ ਬੂਹੇ ਹੀ ਨਹੀਂ ਸੀ ਖੋਲੇ ਵੀ ਅਸੀਂ ਕਾਂਗਰਸ ਟਿਕਟ ਜਿਹੜੀ ਬਹੁਤ ਇਹੋ ਜਿਹੇ ਲੋਕ ਸੀ ਜਿਨ੍ਹਾਂ ਨੂੰ ਆਪਣੀਆਂ ਜਾਨਾਂ ਪਿਆਰੀਆਂ ਸੀ ਲੋਕਾਂ ਦੀਆਂ ਨਹੀਂ ਸੀ ਪਿਆਰੀਆਂ ਤੇ ਲੋਕਾਂ ਦੀਆਂ ਜਾਨਾਂ ਬਚਾਉਣ ਲਈ ਸਰਦਾਰ ਦਸ਼ਪ ਸਿੰਘ ਬਰਾੜ ਵਰਗੇ ਲੋਕ ਘੋਲਾਂ ਦੇ ਆਗੂ ਮੈਦਾਨ ਚ ਆਏ ਨੇ ਓੱਖੇ ਓੱਖੇ ਵੇਲੇ ਮਿਸਟਰ ਬਰਾੜ ਤੁਹਾਡੇ ਫਾਦਰ ਖੜੇ ਸੀਗੇ ਕਿ ਕੈਪਟਨ ਸਾਹਿਬ ਕੈਪਟਨ ਸਾਹਿਬ ਵਿੱਚੋਂਦੇ ਮੇਰਾ ਓੱਖਾ ਵੇਲਾ ਮੇਰੇ ਨਾਲ ਖੜੋ ਕਿਉਂ ਨਹੀਂ ਖੜਦੇ ਓੱਖਾ ਵੇਲਾ ਤਾਂ ਕੋਈ ਨਹੀਂ ਕੈਪਟਨ ਸਾਹਿਬ ਦਾ ਕੋਈ ਓੱਖਾ ਵੇਲਾ ਨਹੀਂ ਕੈਪਟਨ ਸਾਹਿਬ ਸਰਕਾਰ ਦੇ ਵਿੱਚ ਨੇ ਮੁਖੀ ਨੇ ਸਰਕਾਰ ਦੇ ਵੱਡੇ ਆਗੂ ਨੇ ਤਾਂ ਉਹਨਾਂ ਦੇ ਓੱਖਾ ਵੇਲਾ ਕਿਹੜਾ ਆ ਗਿਆ ਕੋਈ ਓੱਖਾ ਵੇਲਾ ਤੁਹਾਡੇ ਤੇ ਕਿਉਂ ਓੱਖਾ ਵੇਲਾ ਆ ਗਿਆ ਓੱਖਾ ਵੇਲਾ ਤੁਹਾਡੇ ਤੇ ਕਿਉਂ ਆ ਗਿਆ ਓੱਖਾ ਵੇਲਾ ਨਹੀਂ ਸਾਡੇ ਤੇ ਵੀ ਕਿਉਂ ਓੱਖਾ ਵੇਲਾ ਨਹੀਂ ਵਾਹਿਗੁਰੂ ਦੀ ਕਿਰਪਾ ਉਹਦੇ ਪਹਾਣੇ ਚ ਰਹਿਣ ਵਾਲੇ ਲੋਕਾਂ ਦੁੱਖ ਸੁੱਖ ਤਾਂ ਜਿਹੜੀ ਦਾ ਹਿੱਸਾ ਤੁਸੀਂ ਕਹਿੰਦੇ ਅਸੀਂ ਅਸਲ 'ਚ ਮੈਂ ਤੁਹਾਨੂੰ 1 ਮਿੰਟ ਦੇ ਵਿੱਚ ਕਲੀਅਰ ਕਰ ਦਿਆਂ ਵੀ ਮਸਲਾ ਹੈ ਕੀ ਤੇ ਹੋਇਆ ਕੀ ਆ ਤੇ ਹੋਣਾ ਕੀ ਚਾਹੀਦਾ ਸੀ ਬੇਅਦਬੀ ਵਾਲੀ ਗੱਲ ਕੀਤੀ ਐ ਜਿਨ੍ਹਾਂ ਲੋਕਾਂ ਨੂੰ ਇਸ ਗੱਲ ਦਾ ਖਦਸ਼ਾ ਹੈ ਕਿ ਜੇ ਕੈਪਟਨ ਅਮਰਿੰਦਰ ਸਿੰਘ ਰਾਜ ਭਾਗ ਦੇ ਵਿੱਚ ਹੈਗੇ ਤੇ ਸਾਡਾ ਤੋਰੀ ਫੁਲਕਾ ਚੱਲੀ ਜਾਊ ਤਕਲੀਫ ਉਹਨਾਂ ਲੋਕਾਂ ਨੂੰ ਆ ਕੈਪਟਨ ਅਮਰਿੰਦਰ ਸਿੰਘ ਦਰਿਆਦਿਲ ਬੰਦਾ ਐ ਉਹ ਇੰਨਾਂ ਨਿੱਕੀਆਂ ਗੱਲਾਂ 'ਚ ਨਹੀਂ ਭੈਣ ਵਾਲਾ ਲੀਡਰ ਜਿਹੜੇ ਉਹਦੇ ਮੂਹਰੇ ਮੈਂ ਹੁਣ ਜੋ ਸਾਫ਼ ਸ਼ਬਦਾਂ 'ਚ ਕਹਾ ਤਨਖਾਹ ਲੈਣ ਵਾਲੇ ਚਮਚੇ ਚਾਹ ਦੇ ਕੱਪ ਪੀਉਣ ਵਾਲੇ ਬਾਦੂ ਦਾ ਸਟਾਫ ਜਿਹੜਾ ਜਿਨ੍ਹਾਂ ਦੀ ਕੋਈ ਦੇਣ ਨਹੀਂ ਕਾਂਗਰਸ ਪਾਰਟੀ ਨੂੰ ਇਹ ਉਹਨਾਂ ਲੋਕਾਂ ਦਾ ਕਰਿਆ ਕਰਾਇਆ ਕੰਮ ਆ ਕਿਹੜੇ ਲੋਕ ਆ ਨਾਮ ਨਾਮ ਲੈ ਸਕਦਾ ਹਾਂ ਨਾਮ ਲਾਉਂਗਾ ਜਰੂਰ ਅੱਜ ਤੋਂ ਹੋ ਸਕਦਾ ਮਹੀਨੇ ਨੂੰ ਲੈ ਦਿਆਂ ਦੋ ਮਹੀਨੇ ਨੂੰ ਲੈ ਦਿਆਂ ਜਰੂਰ ਲਾਉਂਗਾ ਪਹਿਲਾਂ ਨਹੀਂ ਲੈਂਦਾ ਕਿਉਂਕਿ ਇੱਕ ਸਾਡਾ ਵੀ ਇੱਕ ਸਿਸਟਮ ਆ ਪਾਰਟੀ ਦਾ ਅਸੀਂ ਪਹਿਲਾਂ ਗੱਲ ਕਰਦੇ ਆ ਮੇਲਸ ਕਰਦੇ ਆ ਚਿੱਠੀਆਂ ਪਾਉਂਦੇ ਆ ਸਨੇਹੇ ਭੇਜਦੇ ਆ ਮਿਲਦੇ ਆ ਮੁਲਾਕਾਤ ਕਰਦੇ ਆ ਉਹਨਾਂ ਨੂੰ ਦੱਸਦੇ ਆ ਕਿ ਆਹ ਬੰਦਾ ਨੁਕਸਾਨ ਕਰ ਰਿਹਾ ਜੇ ਉਸ ਤੋਂ ਬਾਅਦ ਵੀ ਨਹੀਂ ਕੋਈ ਗੱਲ ਸੁਣੀ ਜਾਂਦੀ ਫੇਰ ਅਸੀਂ ਮੀਡੀਆ 'ਚ ਕੀ ਗੱਲ ਕਰਦੇ ਆ ਨਹੀਂ ਅੱਜ ਗੱਲ ਕਰ ਲੋ ਨਾ ਸੁਣਦੇ ਪਏ ਹੋ ਨਹੀਂ ਅੱਜ ਐ ਨਹੀਂ ਇੱਥੇ ਨਹੀਂ ਸੁਣਦੇ ਪਏ ਅਸੀਂ ਸਿਸਟਮ ਆ ਨਾ ਸਾਡਾ ਫਿਰ ਜੇ ਅਸੀਂ ਪਬਲਿਕ ਦੇ ਵਿੱਚ ਬਿਨਾਂ ਗੱਲਬਾਤੋ ਜਾਂਦੇ ਬੜੇ ਲੀਡਰ ਆ ਤੇ ਬੜਿਆਂ ਦੀ ਉਹ ਬੜਿਆਂ ਦੇ ਘਾਟੇ ਖਾਦੇ ਆ ਇਸ ਗੱਲ ਦੇ ਵਿੱਚ ਸੰਗਠਨ ਦਾ ਇੱਕ ਸਿਸਟਮ ਆ ਪਾਰਟੀ ਦਾ ਇੱਕ ਸਿਸਟਮ ਆ ਅਸੀਂ ਪਹਿਲਾਂ ਗੱਲ ਕਰਾਂਗੇ ਜੇ ਉਸ ਦੇ ਅਮਲ ਨਾ ਹੋਇਆ ਉਸ ਤੋਂ ਬਾਅਦ ਤੁਹਾਡੇ ਸਾਹਮਣੇ ਸਭ ਤੋਂ ਪਹਿਲਾਂ ਤੁਹਾਡੇ ਕੋਲ ਆ ਕੇ ਖਲਾਸ ਕਰਦੇ ਨਹੀਂ ਉਹ ਤਾਂ ਕਹਿੰਦੇ ਲੀਗਲੀ ਕੀਤਾ ਸੀ 1 ਕਰੋੜ 55 ਲ ਉਹਨਾਂ ਨੇ ਵੈਸੇ ਤਾਂ ਹੋਰ ਮੀਡੀਆ ਰਾਹੀਂ ਕਲੀਅਰ ਕਰਤਾ ਤੁਹਾਡੇ ਸਾਹਮਣੇ ਵੀ ਕਲੀਅਰ ਕਰ ਦਿੰਨਾ ਰਾਇਲਟੀ ਪਹਿਲਾਂ ਜਿਹੜੀ ਚੱਲ ਰਹੀ ਆ ਭਰੀ ਹੋਈ ਆ ਮੇਰੇ ਬ੍ਰਦਰ ਅਸਲ 'ਚ ਕੀ ਆ ਉਹ ਪਹਿਲਾਂ 8-10 ਸਾਲ ਬਾਹਰ ਲਾ ਕੇ ਅਸੀਂ ਕੈਨੇਡਾ ਦੇ ਵਿੱਚ ਤੋਂ ਬੱਚਿਆਂ ਨਾਲ ਹੁਣ ਜਾਣ ਐਂਟਰੀਆਂ ਕਰਨੀਆਂ ਪੈਂਦੀਆਂ ਉਹ ਗਏ ਸੀ ਕੋਵਿਡ ਤੋਂ ਪਹਿਲਾਂ ਚਲੇਗੇ ਤਾਂ ਸਾਡੀਆਂ ਸਿਰਫ ਤੇ ਸਿਰਫ ਰਿਟਰਨ ਆ ਫਾਈਲ ਕਰਨ ਵਾਲੇ ਰਹਿੰਦੇ ਸੀ ਛੋਟਾ ਜਿਹਾ ਕਲੂ ਆ ਕੀ ਹੈ ਛੋਟੀ ਜੀ ਗੱਲ ਸੀ ਵਿੱਚੋਂ ਤੇ ਉਹ ਜਦੋਂ ਫਿਰ ਉਹਨਾਂ ਨੂੰ ਤਕਲੀਫ ਹੋ ਗਈ ਜਿਹੜੇ ਮੂਰਲੇ ਆ ਚਾਹ ਪੀਉਣ ਵਾਲਿਆਂ ਨੂੰ ਉਹਨਾਂ ਨੂੰ ਇਹ ਹੋਇਆ ਵੀ ਜੇ ਕੈਪਟਨ ਅਮਰਿੰਦਰ ਸਿੰਘ ਲੰਬਾ ਸਮਾਂ ਸੱਤਾ 'ਚ ਰਹੂਗਾ ਤਾਂ ਸਾਡਾ ਤੋਰੀ ਫੁਲਕਾ ਚੱਲੂ ਜੇ ਕੈਪਟਨ ਅਮਰਿੰਦਰ ਸਿੰਘ ਦੀ ਜਗ੍ਹਾ ਤੇ ਕੋਈ ਹੋਰ ਆ ਗਿਆ ਤਾਂ ਸਾਡਾ ਤੋਰੀ ਫੁਲਕਾ ਬੰਦ ਹੋ ਜੂ ਤਾਂ ਦਿਸਦਾ ਸੀ ਉਹਨਾਂ ਨੂੰ ਦਿਸਣ ਲੱਗ ਗਿਆ ਕਿ ਨਵਜੋਤ ਸਿੰਘ ਸਿੱਧੂ ਆ ਗਿਆ ਜਾਂ ਹਾਈ ਕਮਾਂਡ ਨੇ ਦੇ ਮੋਢਿਆਂ ਤੇ ਹੱਥ ਧਰਤਾ ਸਿਰ ਤੇ ਹੱਥ ਧਰਤਾ ਤੇ ਇਹ ਆਗੂਤਾਪਤਾ ਤੇ ਹੋ ਸਕਦੇ ਆਉਣ ਵਾਲੇ ਭਵਿੱਖੇ ਦਾ ਹੋਵੇ ਤੇ ਸਾਨੂੰ ਤਾਂ ਨੇ ਉਹਦੀ ਦਫ਼ਤਰਾਂ ਚੋਂ ਬਾਹਰ ਕੱਢ ਦੇਣਾ ਇਹ ਕਾਰਨ ਹੋਇਆ ਏ ਹੋਰ ਕੋਈ ਕਾਰਨ ਨਹੀਂ ਇਹਦੇ ਵਿੱਚ ਤਾਂ ਜੇ ਅੱਜ ਮੈਂ ਗੱਲ ਤੁਹਾਡੇ ਨਾਲ ਹੀ ਕਹਿੰਦਾ ਜੀ ਕੈਪਟਨ ਮਨਿੰਦਰ ਸਿੰਘ ਨਾਲ ਗੱਲ ਕਰੀਏ ਤੇ ਕੈਪਟਨ ਮਨਿੰਦਰ ਸਿੰਘ ਨੂੰ ਇਹ ਹੋਣ ਤੋਂ ਬਾਅਦ ਪਤਾ ਲੱਗਿਆ ਹੋਊ ਕਿ ਦਰਸ਼ਨ ਸਿੰਘ ਬਰਾੜ ਨਾਲ ਆ ਹਾਦਸਾ ਹੋ ਗਿਆ ਆ ਉਹਦਾ ਨੁਕਸਾਨ ਹੋਇਆ ਪਹਿਲਾਂ ਨਹੀਂ ਪਤਾ ਹੋਣਾ ਵੀ ਮੈਂ ਕਰਾਂ ਜਾਂ ਕਰਨਾ ਛੋਟੀਆਂ ਗੱਲਾਂ ਚ ਪੈਣ ਵਾਲਾ ਸਿਆਸੀ ਆਗੂ ਨਹੀਂ ਹੈਗਾ ਉਹ ਬਹੁਤ ਵੱਡੇ ਦਿਲ ਵਾਲਾ ਬੰਦਾ ਹੈ ਇਥੇ ਉਹੀ ਬੰਦੇ ਜ਼ਿੰਮੇਵਾਰ ਆ ਜਿਨ੍ਹਾਂ ਨੂੰ ਸਿਰਫ ਆਪਦੀ ਰੋਜੀ ਰੋਟੀ ਦਾ ਫਿਕਰ ਆ ਜਿਨ੍ਹਾਂ ਨੂੰ ਆਪ ਦਾ ਜਿਹੜੀ ਰੋਜ਼ ਰਜਾਨਾ ਦੀ ਕਰੋਨਾ ਦੀ ਇਨਕਮ ਆਉਂਦੀ ਹੈ ਕੈਪਟਨ ਅਮਰਿੰਦਰ ਸਿੰਘ ਦੇ ਨਾਂ ਤੇ ਔਰ ਮੈਂ ਕੈਪਟਨ ਅਮਰਿੰਦਰ ਸਿੰਘ ਨੂੰ ਬਾਰ ਬਾਰ ਇਹ ਗੱਲ ਕਹਿੰਦਾ ਕਿ ਮੁੱਖ ਮੰਤਰੀ ਸਾਹਿਬ ਇਹਨਾਂ ਦੀ ਕੋਈ ਦੇਣ ਨਹੀਂ ਕਾਂਗਰਸ ਪਾਰਟੀ ਨੂੰ ਜਿਹੜੇ 8-10 ਰੱਖੇ ਹੋਏ ਆ ਤੁਸੀਂ ਬਿਨਾਂ ਗੱਲ ਤੋਂ ਤਨਖਾਹਾਂ ਲੈਂਦੇ ਆ ਹਰੇਕ ਐਮਐਲਏ ਦੇ ਹਲਕੇ 'ਚ ਫੋਨ ਕਰਕੇ ਲੱਤ ਪਸਾਉਂਦੇ ਆ ਆਪਦੇ ਚੇਲਿਆਂ ਚਪਟਿਆਂ ਦੇ ਕੰਮ ਕਰਾਉਂਦੇ ਆ ਜਿਹੜੇ ਇਹਨਾਂ ਨੂੰ ਫੀਸਾਂ ਦਿੰਦੇ ਆ ਤੇ ਐਮਐਲਏ ਦੀ ਬਾਤ ਕੋਈ ਨਹੀਂ ਪੁੱਛੀ ਜਾਂਦੀ ਪਿੰਡ ਦੇ ਵਿੱਚੋਂ ਮੈਂਬਰ ਪੰਚਾਇਤ ਨਹੀਂ ਬਣ ਸਕਦੇ ਤੇ ਕੈਪਟਨ ਸਾਹਿਬ ਇਹਨਾਂ ਨੇ ਤੁਹਾਨੂੰ ਸੀਐਮ ਨਹੀਂ ਬਣਾਇਆ ਕਾਂਗਰਸ ਪਾਰਟੀ ਦੇ ਵਰਕਰਾਂ ਨੇ ਐਮਐਲਏ ਬਣਾਇਆ ਐਮਐਲਏ ਨੇ ਤੁਹਾਨੂੰ ਮੁੱਖ ਮੰਤਰੀ ਬਣਾਇਆ ਨਾ ਤੁਹਾਨੂੰ ਕਿਸੇ ਡੀਸੀ ਨੇ ਨਾ ਕਿਸੇ ਐਸਐਸਪੀ ਨੇ ਅੱਜ ਅਸੇ ਲਗਾਮਾਂ ਖੁੱਲੀਆਂ ਛੱਡੀਆਂ ਹੋਈਆਂ ਨੇ ਅਫਸਰ ਸ਼ਾਹੀ ਦੀਆਂ ਤਾਂ ਇਹਨਾਂ ਨੇ ਨਹੀਂ ਤੁਹਾਨੂੰ ਸੀਐਮ ਬਣਾਇਆ ਸੀਐਮ ਤੁਹਾਨੂੰ ਵਰਕਰਾਂ ਨੇ ਬਣਾਇਆ ਅਜੇ ਵੀ ਸਮਾਂ ਨਹੀਂ ਤੁਹਾਨੂੰ ਇਹ ਲੱਗਦਾ ਕਿ ਵਰਕਰ ਆ ਜਿਹੜਾ ਉਹਨੂੰ ਪੁੱਛਿਆ ਨਹੀਂ ਜਾ ਰਿਹਾ ਤੁਹਾਡੇ ਸਾਹਮਣੇ ਕੱਲ ਪਰਸੋਂ ਦੀ ਘਟਨਾ ਦੇਖੋ ਹਾਂ ਦਲਜੀਤ ਸਿੰਘ ਸਾਡਾ ਇੱਕ ਮਿੱਤਰ ਆ ਭਰਾਵਾਂ ਵਰਗਾ ਯਾਰ ਸੀ 30 ਸਾਲ ਕਾਂਗਰਸ ਪਾਰਟੀ ਦਾ ਉਹ ਝੰਡਾ ਬਰਦਾਰ ਰਿਹਾ 1992 ਚ ਜਦੋਂ ਕੋਈ ਬਾਹਰ ਨਹੀਂ ਸੀ ਨਿਕਲਦਾ ਵੋਟ ਪਾਉਣ ਬੂਥ ਨਹੀਂ ਸੀ ਲਾਉਂਦਾ ਉਹਨਾਂ ਵੀੜਿਆਂ ਦੇ ਉਹ ਕਾਂਗਰਸੀ ਵਰਕਰ ਸੀ ਤੇ ਉਹਨੇ ਆਪਣਾ ਦੁੱਖੜਾ ਸੁਣਾਇਆ ਸਾਰਾ ਸਾਹਮਣੇ ਜਿਸਨੇ ਵੀ ਜਿਸਨੇ ਵੀ ਸੁਣਿਆ ਉਹਦੀਆਂ ਅੱਖਾਂ 'ਚੋਂ ਆਪ ਮੁਹਾਰੇ ਪਾਣੀ ਵਗਿਆ ਇੱਥੇ ਰੌਲਾ ਤੇ ਇਹੀ ਆ ਨਾ ਅਫਸਰ ਸ਼ਾਹੀ ਜੋਗ ਦੇ ਸੁਨੇਹਾ ਦਿੰਦੀ ਆ ਉਹ ਦਫ਼ਤਰ ਵਾਲੇ ਬੰਦੇ ਦੀ ਜਿਹਦੀ ਮੈਂ ਗੱਲ ਕਰਿਆ ਨਾ ਉਹ ਲਿਸਟ ਬਣਾਉਂਦਾ ਏ ਆ ਬਦਲੀਆਂ ਹੋਣੀਆਂ ਜੀ ਸਾਈਨ ਕਰਾ ਲਿਆ ਹੁੰਦਾ ਜਾ ਕੇ ਕਹਿੰਦਾ ਜੀ ਆਹਾ ਹਾ ਇਹਨਾਂ ਐਮਐਲਏ ਨਾਲ ਮੇਰੀ ਗੱਲ ਹੋ ਗਈ ਐ ਨਾਮ ਲਾਉਂਗਾ ਬਹੁਤ ਜਲਦੀ ਲਾਉਂਗਾ ਨਾਮ ਤਾਂ ਸੀ ਲਾਉਂਗਾ ਕਿ ਮੈਂ ਦੱਸ ਦਵਾਂ ਤੁਹਾਨੂੰ ਪਤਾ ਤੇ ਫਿਰ ਹਾਂ ਦੱਸਾਂ ਦੀ ਫਿਰ ਤੁਸੀਂ ਕਿਉਂ ਨਹੀਂ ਲੈਦੇ ਨਾਮ ਮੈਂ ਲਾਉਂਗਾ ਕਿਉਂਕਿ ਮੈਂ ਦੱਸਿਆ ਪਹਿਲਾਂ ਸਿਸਟਮ ਹੁੰਦਾ ਨਾ ਸਿਸਟਮ ਅਨਸਾਰਾ ਕੁਝ ਕਰਾਂਗੇ ਮੈਂ ਪਹਿਲਾਂ ਅੰਦਰ ਸੁਨੇਹਾ ਦੇਵਾਂਗਾ ਗੱਲ ਕਰਾਂਗਾ ਉਹਨਾਂ ਨਾਲ ਬੈਠ ਕੇ ਉਸ ਤੋਂ ਬਾਅਦ ਜਨਤਕ ਕਰਾਂਗੇ ਫਿਰ ਜੀ ਨਾ ਉੱਥੇ ਕਾਰਵਾਈ ਕੈਪਟਨ ਸਾਹਿਬ ਨੇ ਕੀਤੀ ਐ ਫਿਰ ਜਨਤਕ ਕਰਾਂਗੇ ਕੈਪਟਨ ਸਾਹਿਬ ਨੂੰ ਪਤਾ ਹੀ ਨਹੀਂ ਸੀਗਾ ਇਹ ਕੈਪਟਨ ਸਾਹਿਬ ਨੂੰ ਨਹੀਂ ਪਤਾ ਮੈਂ ਤੁਹਾਨੂੰ ਕਹਿ ਰਿਹਾ ਨ ਅ ਬਤਕਰੇ ਵਾਲੀ ਵਾਲੀ ਰਾਜਨੀਤੀ ਦੁਸ਼ਮਣੀ ਵਾਲੀ ਰਾਜਨੀਤੀ ਤਾਂ ਉਹ ਭੁੱਲੇ ਹੋਏ ਆ ਉਹ ਤਾਂ ਛੱਡਿਆ ਹੋਇਆ ਉਹਨਾਂ ਦਾ ਤਾਂ ਇਹ ਕੰਮ ਇਹ ਇਹਨਾਂ ਦਾ ਕੀਤਾ ਕਰਾਇਆ ਇਹ ਜਿਨ੍ਹਾਂ ਨੂੰ ਆਪਦੇ ਦਫ਼ਤਰਾਂ 'ਚ ਡੈਣਣ ਵਾਲੀਆਂ ਕੁਰਸੀਆਂ ਦੀਆਂ ਦੀਆਂ ਵੀ ਇਹ ਕੁਰਸੀਆਂ ਬਾਹਰ ਨਿਕਲ ਜਾਣੀਆਂ ਜੇ ਨਵਜੋਤ ਸਿੰਘ ਸਿੱਧੂ ਅੱਗੇ ਆ ਗਿਆ ਤੇ ਉਹ ਅੱਗੇ ਦੇਖੋ ਜਿਸ ਦੇ ਭਾਗਾਂ 'ਚ ਰਾਜ ਭਾਗ ਲਿਖਿਆ ਮਾਲਕ ਨੇ ਪ੍ਰਮਾਤਮਾ ਨੇ ਉਹਨੂੰ ਮਿਲਣਾ ਹੈ ਕੋਈ ਰੋਕ ਨਹੀਂ ਸਕਦਾ ਜਿਹਦੇ ਨਹੀਂ ਲਿਖਿਆ ਉਹ ਜਿੰਨੇ ਆਪ ਜਿੰਨੀ ਮਰਜ਼ੀ ਕੋਸ਼ਿਸ਼ ਕਰ ਲੈ ਕੋਈ ਦਵਾ ਹੀ ਨਹੀਂ ਸਕਦਾ ਉਹਨੂੰ ਕੋਈ ਦਵਾ ਨਹੀਂ ਸਕਦਾ ਰਾਜ ਭਾਗ ਜਿਹਦੇ ਲਿਖਿਆ ਹੈ ਉਹਨੂੰ ਰੋਕ ਨਹੀਂ ਸਕਦਾ ਨੇ ਕੈਪਟਨ ਰਣ ਸਿੰਘ ਨੂੰ ਇਹ ਪਤਾ ਕਿ ਨਵਜੋਤ ਸਿੰਘ ਸਿੱਧੂ ਹੁਣ ਆਗੇ-ਆਗੇ ਕਮਾਲ ਕਰਦੇ ਹੋ ਕਾਂਗਰਸ ਪਾਰਟੀ ਦੀ ਵਾਕ ਡੋਰ ਨਵਜੋਤ ਸਿੰਘ ਸਿੱਧੂ ਹੱਥ ਸੰਭਾਲਦੀ ਆ ਔਰ ਇਹ ਮੈਂ ਹੁਣ ਜਿਵੇਂ ਅੱਜ ਦੇ ਹਾਲਾਤ ਨੇ ਤੇ ਨਵਜੋਤ ਸਿੰਘ ਸਿੱਧੂ ਜਾ ਰਿਹਾ ਸਾਡੀ ਪਾਰਟੀ ਦੀ ਚਾਹੇ ਇਸ ਗੱਲ ਦਾ ਇਹ ਇੰਨੀ ਕੱਟ ਕੇ ਕੈਪਟਨ ਰਣ ਸਿੰਘ ਨੂੰ ਸੁਣਾ ਦੇਣ ਉਹ ਹੀ ਚਮਚੇ ਇਹ ਸਾਡੀ ਕਮਜ਼ੋਰੀ ਆ ਕਿ ਅਸੀਂ ਲੋਕਾਂ ਚ ਨਹੀਂ ਜਾ ਰਹੇ ਉਹ ਕੈਪਟਨ ਅਮਰਿੰਦਰ ਸਿੰਘ ਰਿਹਾ ਹੀ ਨਹੀਂ ਕੈਪਟਨ ਅਮਰਿੰਦਰ ਸਿੰਘ ਨੂੰ 2002 ਵਾਲੀ ਸਰਕਾਰ ਤੇ 2017 ਵਾਲੀ ਸਰਕਾਰ ਚ ਆਪ ਨੂੰ ਹੀ ਸਵੈ ਪਰਚੋਲ ਕਰਨਾ ਚਾਹੀਦਾ ਕਿ ਕਿਉਂ ਕਾਂਗਰਸੀ ਸਟੇਜਾਂ ਤੇ ਹਿੱਕ ਥਾਪੜ ਥਾਪੜ ਕਹਿੰਦੇ ਸੀ ਕਿ ਜੇ ਨਿਰਵਿਘਨ 8 ਘੰਟੇ ਬਿਜਲੀ ਦਿੱਤੀ ਆ ਤਾਂ ਕੈਪਟਨ ਅਮਰਿੰਦਰ ਸਿੰਘ ਨੇ ਦਿੱਤੀ ਆ ਤੇ ਜੇ ਮੰਡੀਆਂ ਦੇ ਵਿੱਚ ਰਿਸ਼ਵਤ ਬੰਦ ਕਰਾਈ ਆ ਕਿਸਾਨਾਂ ਦੀ ਲੁੱਟ ਬੰਦ ਕਰਾਈ ਆ ਤਾਂ ਉਹ ਕੈਪਟਨ ਮਰਿੰਦਰ ਸਿੰਘ ਨੇ ਕਰਾਈ ਆ ਜੇ ਫਸਲ ਮੌਕੇ ਤੇ ਚੱਕੀ ਜਾਂਦੀ ਆ ਪੇਮੈਂਟ ਹੁੰਦੀ ਆ ਤਾਂ ਕੈਪਟਨ ਮਰਿੰਦਰ ਸਿੰਘ 2002 ਤੋਂ 7 ਤੱਕ ਕਰਦਾ ਸੀ ਤੇ ਕਿਉਂ 2017 ਵਾਲੀ ਸਰਕਾਰ ਦੇ ਕਾਰਜਕਾਲ ਦੌਰਾਨ ਬਾਰਦਾਨੇ ਦੀ ਦਿੱਕਤ ਆਈ ਕਿਸਾਨਾਂ ਨੂੰ ਕਿਉਂ ਕਿਸਾਨ ਖੇਤਾਂ ਤੇ ਮੰਡੀਆਂ 'ਚ ਬੈਠਣ ਦੀ ਬਜਾਏ ਸੜਕਾਂ ਤੇ ਬੈਠੇ ਕਿਉਂ ਕਿਸਾਨਾਂ ਨੂੰ 8 ਘੰਟੇ ਦੀ ਬਜਾਏ 6-6 ਘੰਟੇ ਬਿਜਲੀ ਮਿਲਦੀ ਹੈ ਇਹ ਪਾਰਟੀ ਦਾ ਫੈਸਲਾ ਚਲੋ ਮੈਂ ਛੋੜਿਆ ਬ੍ਰੇਕ ਲਵਾਂਗਾ ਬ੍ਰੇਕ ਤੋਂ ਵਾਪਸ ਆਮ ਆਕੇ ਕਮਲਜੀਤ ਸਿੰਘ ਬਰਾੜ ਸਾਡੇ ਨਾਲ ਹੈ ਕਿ ਬਹੁਤ ਤੇਜ਼ ਤਰਾ ਰਾਕੂ ਮੰਨੇ ਜਾਂਦੇ ਆ ਆਪਣੇ ਹਲਕੇ ਤੇ ਪਰ ਇੱਥੇ ਸਵਾਲ ਕੈਪਟਨ ਅਮਰਿੰਦਰ ਸਿੰਘ ਤੇ ਨਿਯੋਤ ਸਿੱਧੂ ਦਾ ਇੱਕ ਸਵਾਲ ਪੰਜਾਬ ਦਾ ਉਹ ਸਵਾਲ ਮਿਸਿੰਗ ਹੈ ਇਸ ਤਰ੍ਹਾਂ ਕੇ ਉਹ ਸਵਾਲ ਵਾਰ-ਵਾਰ ਪੁੱਛਾਂ ਕਿ ਪੰਜਾਬ ਦਾ ਕੀ ਬਣੇਗਾ ਵਾਪਸ ਆ ਰਹੇ ਇੱਕ ਵੇਲੇ ਤੁਹਾਡਾ ਸਤਿਕਾਰ ਕਰਦੇ ਆ ਤੇ ਮਿਸਟਰ ਬਰਾੜ ਸਾਡੇ ਨਾਲ ਹੈ ਗਿਆ ਬਰਾੜ ਸਾਹਿਬ ਸਵਾਲ ਇਹ ਹੈਗਾ ਕਿ ਜਿਹੜੇ ਤੁਸੀਂ ਕੰਮ ਕੀਤੇ ਆ ਤੁਹਾਡੀ ਸਰਕਾਰ ਨੇ ਕੰਮ ਕੀਤੇ ਆ ਤੁਸੀਂ ਮੇਰੇ ਨਾਲ ਡਿਬੇਟਸ ਵਿੱਚ ਆ ਕੇ ਬਹੁਤ ਰੋਲਾ ਪਾਉਂਦੇ ਸੀਗੇ ਅਸੀਂ ਆ ਕੰਮ ਕਰਦੇ ਉਹ ਕਰਦੇ ਸਰਕਾਰ ਕਹਿੰਦੀ ਹੈ ਅਸੀਂ 85% ਤੋਂ ਉੱਪਰ ਕੰਮ ਕਰਦੇ ਆ ਹੁਣ ਤੁਸੀਂ ਕਹਿ ਰਹੇ ਹੋ ਕਿ ਜਿਹੜਾ ਕੰਮ ਸਰਕਾਰ ਨੇ ਕਰਨਾ ਸੀਗਾ ਵਿਰੋਧੀਆਂ ਦੇ ਖਿਲਾਫ ਉਹ ਤੁਹਾਡੇ ਤੁਹਾਡੇ ਖਿਲਾਫ ਹੀ ਕੀਤਾ ਜਾ ਰਿਹਾ ਨਹੀਂ ਮੈਂ ਇਹ ਨਹੀਂ ਕਹਿੰਦਾ ਇਹ ਨਹੀਂ ਕਹਿੰਦੇ ਮੈਂ ਨਹੀਂ ਕਹਿੰਦਾ ਸਾਡੇ ਖਿਲਾਫ ਵਿਰੋਧੀਆਂ ਖਿਲਾਫ ਕੀ ਕਰਨਾ ਚਾਹੀਦਾ ਵਿਰੋਧ ਹੀ ਤਾਂ ਰਾਜਨੀਤੀ ਖਤਮ ਹੋਣੀ ਚਾਹੀਦੀ ਹੈ ਵਿਰੋਧੀ ਰਾਜਨੀਤੀ ਨਹੀਂ ਹੋਣੀ ਚਾਹੀਦੀ ਕਿ ਜੇ ਇਹ ਕਲਚਰ ਕਾਂਦੀ ਦਲ ਦਾ ਸੀ ਅਕਾਲੀ ਦਲ ਦੇ ਜਿਹੜੇ ਲੀਡਰ ਜਦੋਂ ਪਾਵਰ 'ਚ ਆ ਜਾਂਦੇ ਸੀ ਪਿੰਡਾਂ ਦੇ ਵਿੱਚ ਦੋ ਦੋ ਧੜੇ ਬਣਾ ਦਿੰਦੇ ਸੀ ਪਿੰਡਾਂ 'ਚ ਦੁਸ਼ਮਣੀਆਂ ਲੋਕਾਂ 'ਚ ਪਾ ਦਿੰਦੇ ਸੀ ਧੜੇਬਾਜ਼ੀ ਕਰਕੇ ਇੱਕ ਨਾ ਧੱਕਾ ਕਰਨਾ ਦੂਜੇ ਨੂੰ ਦਬਾਉਣਾ ਇਹ ਅਕਾਲੀ ਦਲ ਦਾ ਸੀ ਤੇ ਅੱਜ ਉਹਨਾਂ ਕਾਰਨਾ ਕਰਕੇ ਅਕਾਲੀ ਦਲ 100 ਸਾਲਾਂ ਦੇ ਇਤਿਹਾਸ ਵਾਲੀ ਪਾਰਟੀ ਅੱਜ ਤੀਜੇ ਨੰਬਰ ਤੋਂ ਸਿੰਮਟ ਸਿੰਮਟ ਗਈ ਹੈ ਵਿਰੋਧੀ ਧਿਰ ਜਿਨੀ ਬਹਿਟ ਪਾਈ ਇਹ ਮੈਂ ਦਾਅਵੇ ਨਾਲ ਗੱਲ ਕਹਿਣਾ ਉਸ ਵਾਹਿਗੁਰੂ ਦੀ ਕਿਰਪਾ ਨਾਲ ਕਿ ਜਿੱਥੇ ਹੋਣਾ ਉਦੋਂ ਵੀ ਥੱਲੇ ਜਾਣਗੇ ਖਿਸਕ ਕੇ ਕਿਉਂਕਿ 10 20 ਹਲਕਿਆਂ ਦੇ ਜਿਹੜੇ ਪ੍ਰਭਾਵ ਰੱਖਣ ਵਾਲੇ 4- ਪਾਸੇ ਹੋ ਗਿਆ ਇਸ ਕਾਲੀ ਦਲ ਨਾਲ ਉਹ ਖੋਰਾ ਲੱਗੂਗਾ ਨਹੀਂ ਤੁਸੀਂ ਆ ਕੇ ਇੱਥੇ ਬਹੁਤ ਕਹਿੰਦੇ ਹੁੰਦੇ ਸੀਗੇ ਅਸੀਂ ਅੰਦਰ ਕਰ ਦਿਆਂਗੇ ਅਸੀਂ ਉਹ ਕਰ ਦਿਆਂਗੇ ਬੇਅਦਬੀ ਵਾਲੇ ਮੁੱਦੇ ਤੇ ਤੁਸੀਂ ਬਹੁਤ ਬੜਾ ਸਾਨੂੰ ਤੁਸੀਂ ਬਹੁਤ ਬੋਲਦੇ ਹੁੰਦੇ ਸੀਗੇ ਬੜਾ ਸਾਨੂੰ ਮਾਣ ਸੀ ਇਸ ਗੱਲ ਦਾ ਹੁਣ ਵੀ ਹੈਗਾ ਭਰੋਸਾ ਗੁਰੂ ਸਾਹਿਬ ਤੇ ਤਾਂ ਭਰੋਸਾ ਸਦਾ ਹੀ ਆ ਉਹ ਹੈਗਾ ਹੀ ਆ ਸਦਾ ਅੰਗ ਸੰਗੇ ਆ ਪੰਗੰਬ ਪੋਤੇ ਉਹ ਸਦਾ ਹਾਜ਼ਰ ਨਾਜ਼ਰ ਆ ਉਹ ਆਪੇ ਲੈ ਲੈਣਗੇ ਹਿਸਾਬ ਕਿਤਾਬ ਇਹ ਇਹਨਾਂ ਨੇ ਇਹਨਾਂ ਨੇ ਨਹੀਂ ਕਰਨਾ ਇੱਕ ਗੱਲ ਕਲੀਅਰ ਕਰਨੀ ਚਾਹੀਦੀ ਅੱਜ ਵੀ ਸਿਟ ਬਣੀ ਹੋਈ ਆ ਮੈਂ ਸਿਟ ਦੇ ਉਹਨਾਂ ਅਫਸਰਾਂ ਨੂੰ ਗੱਲ ਕਰਨਾ ਜਿਹੜੇ ਮੈਂਬਰ ਨੇ ਉਹ ਸਿਟ ਦੇ ਜਿਹੜਾ ਸਿਆਣਿਆਂ ਦੀ ਕਹਾਵਤਾਂ ਹੈ ਜਿਹੜਾ ਗੁਰੂ ਸਾਹਿਬ ਨੂੰ ਪਿੱਠ ਦਿਖਾਉਂਦਾ ਉਹਦਾ ਰੇਂਦਾ ਕੱਖ ਨਹੀਂ ਇਹਨਾਂ ਨੇ ਗੁਰੂ ਸਾਹਿਬ ਨਾਲ ਮੱਥਾ ਲਾਇਆ ਬਾਦਲਾਂ ਨੇ ਤੇ ਜਿਹੜਾ ਇਹਨਾਂ ਨੂੰ ਬਚਾਉਣ ਦੀ ਕੋਸ਼ਿਸ਼ ਕਰੂ ਚਾਹੇ ਉਹ ਸਿਆਸੀ ਆਗੂ ਹੋਵੇ ਚਾਹੇ ਉਹ ਸਰਕਾਰੀ ਅਫਸਰ ਹੋਵੇ ਚਾਹੇ ਉਹ ਸਿੱਟ ਦਾ ਮੈਂਬਰ ਹੋਵੇ ਉਹ ਇਹ ਗੱਲ ਪੜਿਆ ਵਿਚਾਰ ਲਿਆ ਆਪਦਾ ਕਿ ਉਹਦੇ ਨਾਲ ਵੀ ਇਹੀ ਕੁਝ ਹੋਣਾ ਹੈ ਜੇ ਇਹਨਾਂ ਇਹਨਾਂ ਨੇ ਤੈਸ ਨੈਸ ਹੋਣਾ ਇਹਨਾਂ ਦੇ ਲਿਖਿਆ ਹੋਇਆ ਨਾ ਗੁਰੂ ਸਾਹਿਬ ਨਾਲ ਮੱਥਾ ਲਾ ਕੇ ਕਿਉਂਕਿ ਇਹਨਾਂ ਨੇ ਵੋਟ ਬੈਂਕ ਦੀ ਰਾਜਨੀਤੀ ਕੀਤੀ ਆ ਇਹਨਾਂ ਨੂੰ ਗੁਰੂ ਸਾਹਿਬ ਨੂੰ ਤਾਂ ਪਿੱਛੇ ਛੱਡਤਾ ਇਹਨਾਂ ਨੇ ਤਾਂ ਉਹ ਗੱਲ ਹੀ ਨਹੀਂ ਅੱਗੇ ਰੱਖ ਗੁਰੂ ਲਈ ਅਸੀਂ ਕੁਝ ਕਰਨਾ ਹੈ ਜਾਂ ਅਸੀਂ ਪੰਥਕ ਪਾਰਟੀ ਦੇ ਨਮਾਇंदे ਆ ਜਾਂ ਅਸੀਂ ਸਿੱਖ ਜਮਾਤ ਅਸੀਂ ਸਿੱਖ ਆਪੂ ਬਣੇ ਫਖਰੇ ਕੌਮ ਆ ਨਾ ਕਿਉਂਕਿ ਸਿੱਖੀ ਅੰਦਰ ਹੈ ਨਹੀਂ ਚਿਹਰਿਆਂ ਤੇ ਸਿੱਖੀ ਆ ਦਾੜੀਆਂ ਕੇਸਾਂ ਨਾਲ ਸਿੱਖੀ ਨਹੀਂ ਹੁੰਦੀਗੀ ਅੰਦਰ ਭਾਵਨਾ ਹੋਣੀ ਚਾਹੀਦੀ ਗੁਰੂ ਪ੍ਰਤੀ ਅੰਦਰ ਤੁਹਾਡੇ ਹੈ ਕੀ ਅੰਦਰ ਤਾਂ ਇਹਨਾਂ ਦੇ ਘਟਾਲੇ ਬਣੇ ਹੋਏ ਆ ਆ ਬੱਸਾਂ ਕੇਵਲ ਅਸੀਂ ਅਸੀਂ ਤਾਂ ਕਹਿੰਨੇ ਆ ਨਾ ਕਿ ਸਾਨੂੰ ਹਸਾਬ ਕਿਤਾਬ ਦੇ ਦਿਓ 85% ਕੰਮ ਤੁਸੀਂ ਕਹਿੰਨੇ ਹੋ ਕਰਤੇ ਆ ਕਾਂਗਰਸ ਨੇ ਲੋਕ ਕਹਿੰਦੇ ਆ ਮੈਂ ਕਹਿੰਨਾ ਉਹਦੇ ਚ ਕੀ ਆ ਕਿਸਾਨਾਂ ਦਾ ਕਰਜ਼ਾ ਮਾਫ ਕਰ ਅਸੀਂ ਨਹੀਂ ਕਹਿੰਦੇ ਤੁਸੀਂ ਆਪੇ ਕਿਹਾ ਨਾ ਅਸੀਂ ਨਹੀਂ ਕਹਿੰਦੇ ਸਰਕਾਰ ਕਹਿੰਦੀ ਹੈ 85% ਕੰਮ ਮੈਂ ਦੱਸਦਾ 85% ਚ ਕਿਹੜੇ ਕਿਹੜੇ ਕੰਮ ਹੁੰਦੇ ਸਭ ਤੋਂ ਵੱਡਾ ਫੈਸਲਾ ਜਿਹੜਾ ਕਾਂਗਰਸ ਪਾਰਟੀ ਦਾ ਕਿਸਾਨਾਂ ਦਾ ਕਰਜ਼ਾ ਮਾਫ ਅੱਜ ਤੱਕ ਨਹੀਂ ਕਿਸੇ ਨੇ ਇੱਕ ਪੈਸਾ ਕੀਤਾ ਆ ਬਾਦਲ ਪੰਜ ਵਾਰ ਮੁੱਖ ਮੰਤਰੀ ਬਣ ਗਿਆ ਤੇ ਹਮੇਸ਼ਾ ਕਿਸਾਨਾਂ ਦੀਆਂ ਵੋਟਾਂ ਠੱਗੀਆਂ ਮਾਰ ਕੇ ਕਰਜ਼ਾ ਮਾਫ ਕਿਹ ਕਹੀ ਸੀ ਤੁਸੀਂ ਪੂਰਨ ਜਿੰਨਾ ਵਿਤਾਂ ਨਾ ਉਹਨਾਂ ਕਰਤਾ ਹੈ ਮਲਮ ਲਾਤੀ ਅਸੀਂ ਜ਼ਖਮਾਂ ਤੇ ਤੇ ਜ਼ਖਮ ਤੁਹਾਨੂੰ ਲੱਗਦਾ ਝੂਠ ਝੂਠ ਬੋਲਿਆ ਲੋਕਾਂ ਨਾਲ ਕਿਸਾਨਾਂ ਨਾਲ ਝੂਠ ਬੋਲਿਆ ਨਹੀਂ 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 ਝੂਠ ਥੋੜੀ ਆ ਦੇਖੋ ਤੁਸੀਂ ਗੱਲ ਸਮਝੋ ਅੱਜ ਤੋਂ 12 ਸਾਲ 14 ਸਾਲ ਪਹਿਲਾਂ ਕਿ ਪ੍ਰਕਾਸ਼ ਸਿੰਘ ਬਾਦਲ ਦਾ ਬਿਆਨ ਸੀ ਕਿ ਜਦੋਂ ਸਾਡੀ ਸਰਕਾਰ ਆਈ ਜਦੋਂ ਅਸੀਂ ਸੱਤਾ ਚਾਏ ਅਸੀਂ ਕਿਸਾਨਾਂ ਦਾ ਕਰਜ਼ਾ ਮਾਫ ਕਰਾਂਗੇ ਇੱਕ ਪੈਸਾ ਨਹੀਂ ਕਰਿਆ ਪੰਜ ਵਾਰ ਮੁੱਖ ਮੰਤਰੀ ਬਣ ਗਿਆ ਕੈਪਟਨ ਅਮਰਿੰਦਰ ਸਿੰਘ ਨੇ ਜ਼ਖਮਾਂ ਤੇ ਮਲਮ ਲਾਈਆ ਤੇ ਮਲਮ ਲਾਉਣ ਤੋਂ ਬਾਅਦ ਜ਼ਖਮ ਹੋ ਗਏ ਉਹ ਕਹਿੰਦੇ ਸੀ ਮੈਨੀਫੈਸਟੋ ਚ ਕਦੇ ਨਹੀਂ ਲਿਖਿਆ ਉਹ ਕਹਿੰਦੇ ਮੈਨੀਫੈਸਟੋ ਚ ਅਖਵਾਰਾਂ ਚ ਕੁਝ ਪਾਉਣੇ ਹੋ ਨਹੀਂ ਲਿਖਿਆ ਤਾਂ ਚਲੋ ਨਹੀਂ ਲਿਖਿਆ ਤੁਹਾਨੂੰ ਇਹ ਨਹੀਂ ਪਤਾ ਕਿਸਾਨਾਂ ਦੀ ਹਾਲਤ ਤਰਸਜੋਗ ਜੇ ਤੁਸੀਂ ਲਿਖਿਆ ਏ ਲਿਖਿਆ ਤਾਂ ਮੋਦੀ ਨੇ ਵੀ ਸੀਗਾ ਮੈਨੀਫੈਸਟੋ ਚ 15-15 ਲੱਖ ਦੇਵਾਂਗੇ ਤੇ ਜੇ ਇਹ ਗੱਲ ਤੋਂ ਮੁਨਕਰ ਥੋੜੀ ਹੋ ਜਾਸਤ ਨਹੀਂ ਤੁਹਾਨੂੰ ਇਹ ਲੱਗਦਾ ਕਿ ਜੋ ਸਿਆਸੀ ਹਲਕਿਆਂ ਤੇ ਇਲਜ਼ਾਮ ਲਾਇਆ ਜਾਂਦਾ ਹੈ ਕਿ ਕੈਪਟਨ ਤੇ ਬਾਦਰ ਰਲੇ ਹੋਇਆ ਤੁਹਾਨੂੰ ਵੀ ਉਹ ਲੱਗਦਾ ਨਹੀਂ ਦੇਖੋ ਇਹ ਲੋਕ ਨੇ ਉਹ ਬਹੁਤ ਬਿਹਤਰ ਜਾਣਦੇ ਨੇ ਕੌਣ ਰਲਿਆ ਕੌਣ ਕੌਣ ਕੋਣ ਮਿਲੇ ਮੈਂ ਨਹੀਂ ਕਹਿ ਸਕਦਾ ਮੈਨੂੰ ਲੱਗਦਾ ਤੁਹਾਡੇ ਵਿਰੋਧੀ ਤੁਹਾਡੇ ਵਿਰੋਧੀ ਤੇ ਤੁਹਾਡੇ ਫਾਦਰ ਸਾਹਿਬ ਨੂੰ ਕਹਿੰਦੇ ਆ ਖੋਟੇ ਆ ਇਹ ਹਾਂ ਉਹਨੋਂ ਤੇ ਕਲੀਅਰ ਕਰਦੇ ਹਾਂ ਉਹ ਜਹੇਦਾਰ ਤੋਤਾ ਸਿੰਘ ਦਾ ਬੇਟਾ ਹੈ ਮੱਖਣ ਸਿੰਘ ਬਰਾੜ ਹੈ ਉਹ ਆਪਣੇ ਨਾਮ ਦੇ ਨਾਲ ਐਡਵੋਕੇਟ ਲਾਉਂਦਾ ਹੈ ਤੇ ਮੈਂ ਉਹਨੂੰ ਉਹਦੀ ਸ਼ਬਦਾਵਲੀ ਸੁਣ ਕੇ ਆਪਣੇ ਪਿਤਾ ਜੀ ਪ੍ਰਤੀ ਉਹਦੀ ਸ਼ਬਦਾਵਲੀ ਸੁਣਨ ਤੋਂ ਬਾਅਦ ਮੈਂ ਇਹ ਅੰਦਾਜ਼ਾ ਲਾ ਲਿਆ ਵੀ ਐਡਵੋਕੇਟ ਨਾਲ ਲਾ ਲੈਣਾ ਜ਼ਰੂਰੀ ਨਹੀਂ ਕਿ ਸਮਝ ਵੀ ਤੁਹਾਨੂੰ ਆ ਜੂਗੀ ਲਿਆਕਤ ਵੀ ਆ ਜੂ ਆਪਣੇ ਵੱਡਿਆਂ ਦਾ ਸਤਿਕਾਰ ਕਰਨ ਦੀ ਉਹ ਕਹਿੰਦਾ ਇਹ ਇਹਨੂੰ ਖੋਟਾ ਕਹੋ ਇਹਨੂੰ ਬਰਾੜ ਸਾਹਿਬ ਨਾ ਕਹੋ ਮੈਂ ਜਹੇਦਾਰ ਤੋਤਾ ਸਿੰਘ ਦਾ ਪਹਿਲਾਂ ਵੀ ਸਤਿਕਾਰ ਕਰਦਾ ਸੀ ਅੱਜ ਵੀ ਕਰਦਾ ਤੇ ਅੱਗੇ ਵੀ ਕਰਦਾ ਰਹੂੰ ਔਰ ਮੈਂ ਕੋਈ ਏਸਾਨ ਨਹੀਂ ਕਰਦਾ ਮੇਥੋਂ ਵੱਡੇ ਨੇ ਮੇਰਾ ਫਰਜ਼ ਬਣਦਾ ਹੈ ਜਿੱਥੇ ਮਿਲਦੇ ਨੇ ਮੈਂ ਉਹਨਾਂ ਦੇ ਗੋਡਿਆਂ ਹੱਥ ਲਾ ਕੇ ਮਿਲਦਾ ਬਜ਼ੁਰਗਾਂ ਗੋਨੀ ਸਾਡੇ ਪਰ खरे ਖੋਟੇ ਦਾ ਫੈਸਲਾ ਜਾਂ ਸਤਗੁਰ ਕਰਦੇ ਆ ਜਾਂ ਲੋਕ ਕਰਦੇ ਆ ਗੁਰਬਾਣੀ ਦੇ ਵਿੱਚ ਲਿਖਿਆ ਸਤਗੁਰ ਖੋਟਿਓਂ ਖਰੇ ਕਰੇ ਸ਼ਬਦ ਸਵਾਰਨਹਾਰ 2017 ਚ ਜਿਹੜਾ ਤੋਤਾ ਸਿੰਘ ਦੀ ਉਸ ਨਕਮੇ ਤੇ ਵਾਇਹਾਤ ਬੱਚੇ ਨੂੰ ਮੈਂ ਕਹਿਣਾ ਕਿ 2017 ਚ ਤੈਨੂੰ ਤੀਜੇ ਨੰਬਰ ਤੇ ਲਿਆ ਕੇ ਮੋਗੇ ਵਾਲਿਆਂ ਨੇ ਦੱਸਤਾ ਕਿ ਖੋਟਾ ਕੌਣਾ ਤੇ ਖਰਾ ਕੌਣਾ ਜ세ਦਾਰ ਸਾਹਿਬ 23000 ਵੋਟ ਤੇ ਲੋਜ ਕੀਤੇ ਆ ਧਰਮਕੋਟ ਤੋਂ ਉਹ ਵੀ ਦੱਸਤਾ ਲੋਕਾਂ ਨੇ ਤੇ 22 ਚ ਵੀ ਦੱਸਣਗੇ ਉਦੋਂ ਤਾਂ ਚੌਥੇ ਜੁੱਤੇ ਪੰਜਵੇਂ ਨੰਬਰ ਤੇ ਆਉਣਗੇ 2022 ਚ ਖਰਾ ਕੌਣਾ ਤੇ ਖੋਟਾ ਕੌਣਾ ਕੈਪਟਨ ਅਮਰਿੰਦਰ ਸਿੰਘ ਨੂੰ ਦੋਸਤ ਸਿੱਧੂ ਸੁਖਵੀਰ ਸਿੰਘ ਬਾਦਲ ਭਗਵੰਤ ਮਾਨ ਜਾਂ ਉਹਨਾਂ ਦਾ ਜਿਹੜਾ ਵੀ ਆਮ ਆਦਮੀ ਪਾਰਟੀ ਚਿਹਰਾ ਅਰਵਿੰਦ ਕੇਜਰੀ ਵਾਲ ਜਿਹੜਾ ਲਿਆਉਣਗੇ ਚਿਹਰਾ ਕੌਣ ਹੋਊਗਾ ਖਰਾ ਤੇ ਕੌਣ ਖੋਟਾ ਕਾਂਗਰਸ ਪਾਰਟੀ ਹੋ ਕਾਂਗਰਸ ਪਾਰਟੀ ਦੀ ਸਰਕਾਰ ਆਊ ਕੈਪਟਨ ਸਾਦੀ ਕਾਂਗਰਸ ਸਰਕਾਰ ਕਾਂਗਰਸ ਪਾਰਟੀ ਸਰਕਾਰ ਉਹ ਜਿੱਦੂ ਸਾਹਿਬ ਸੀਐਮ ਫੇਸ ਹੋਣਗੇ ਕਾਂਗਰਸ ਪਾਰਟੀ ਦਾ ਮੁੱਖ ਮੰਤਰੀ ਬਣੂਗਾ ਕਾਂਗਰਸ ਪਾਰਟੀ ਦੇ ਸਰਕਾਰਾਂ ਇਹ ਤੁਹਾਨੂੰ ਕਹਾਂਗੇ ਨਹੀਂ ਬੋਲਣਾ ਸਿੱਧੂ ਸਾਤਾ ਨਾਮ ਨਹੀਂ 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 ਇਦਾਂ ਨਹੀਂ ਜੇਰ ਕਮਾਲ ਕਰਦੇ ਹਾਂ ਤੁਸੀਂ ਮੈਂ ਤੁਹਾਨੂੰ ਦੱਸਦਾ ਮੈਂ ਪਹਿਲਾਂ ਕਹਿ ਚੁੱਕਿਆ ਕਿ 75 72 ਸਾਲਾਂ ਦੇ ਵਿੱਚ ਅਸੀਂ ਅਰਦਾਸਾਂ ਬੇਨਤੀਆਂ ਕਰੀਆਂ ਜ세ਦਾਰ ਕੁਲਦੀਪ ਸਿੰਘ ਵੜਾਲਾ ਬੜੇ ਚੰਗੇ ਲੀਡਰ ਸੀ ਉਹਨਾਂ ਦਾ ਬਹੁਤ ਵੱਡਾ ਯੋਗਦਾਨ ਕਰਤਾਰਪੁਰ ਸਾਹਿਬ ਦੇ ਲੰਘੇ ਖਿਲਵਾਉਣ ਲਈ ਲੋਕ ਨਾਚਰ ਦਾਸਾਂ ਕਰਦੇ ਸੀ ਕੁਝ ਲੋਕ ਉੱਥੇ ਡੇਰਾ ਬਾਬਾ ਨਾਨਕ ਜਾ ਕੇ ਦਾਸਾਂ ਕਰਦੇ ਸੀ ਤੇ ਬਾਦਸ਼ਾਹੀ ਤੇ ਵਿਡਿਆਈ ਕਿਹਨੂੰ ਬਖਸ਼ੀਆ ਗੁਰੂ ਸਾਹਿਬ ਨੇ ਬਾਬੇ ਨਾਨਕ ਨੇ ਆਪਦੇ ਘਰ ਦਾ ਲਾਂਗਾ ਖਲਵਾਉਣ ਦੀ ਇੱਕ ਮਿੱਤਰ ਨੂੰ ਇੱਕ ਦੋਸਤ ਨੂੰ ਨਫ਼ਰਤ ਘਟਾਉਣ ਲਈ ਆਪਦੀ ਮਿੱਤਰਤਾ ਦੇ ਰਹੀ ਨਵਜੋਤ ਸਿੰਘ ਸਿੱਧੂ ਨੂੰ ਬਖਸ਼ੀ ਹੈ ਨਾ ਤੇ ਜੇ ਉਹਦੀ ਮੱਥੇ ਦੇ ਵਿੱਚ ਲਿਖਿਆ ਹੋਇਆ ਤਖਤ ਤੋਂ ਤਾਜ ਤੇ ਬਹਿਣਾ ਤੇ ਰੋਕੂ ਕੌਣ ਤੇ ਜੇ ਨਹੀਂ ਲਿਖਿਆ ਸਿੱਧੂ ਸਾਹਿਬ ਵੀ ਜਿੰਨਾ ਮਰਜ਼ੀ ਧਰਮ ਦੇ ਨਾਂ ਤੇ ਵੋਟਾਂ ਮੰਗਣੀਆਂ ਇਹ ਕੰਮ ਕਰਦੇ ਆ ਅਕਾਲੀ ਦਲ ਨਾਲੇ ਧਰਮ ਦੇ ਨਾਂ ਤੇ ਵੋਟਾਂ ਮੰਗਦੇ ਮੈਂ ਤੁਸੀਂ ਕਿਹਾ ਵੀ ਕੌਣ ਫੇਸ ਹੋਊਗਾ ਕੀ ਨੂੰ ਮੂਰੇ ਲੈ ਕੇ ਆਉਗੇ ਸਿੱਧੂ ਆਊਗਾ ਕਿ ਨਹੀਂ ਆਊਗਾ ਇਹਦਾ ਜਵਾਬ ਦਿੰਦਾ ਲੋਕੀ ਲੋਕੀ ਤੁਹਾਡੇ ਸਵਾਲ ਕਰਦੇ ਪਏ ਨਾ ਤੁਸੀਂ ਬੇਅਦਬੀ ਦੇ ਇਨਸਾਫ ਦੀ ਗੱਲ ਕੀਤੀ ਸੀ ਤੁਸੀਂ ਨਸ਼ੇ ਦੇ ਮਾਮਲੇ 'ਚ ਗੱਲ ਕੀਤੀ ਸੀ ਹਜ ਤੱਕ ਉਹ ਰਿਪੋਰਟ ਹੈ ਜਿਹੜੀ ਓਪਨ ਨਹੀਂ ਹੋਏਗੀ ਸਾਰੇ ਸਵਾਲ ਤੁਹਾਡੇ ਤੋਂ ਕੀਤੇ ਜਾ ਰਹੇ ਉਹੀ ਤਾਂ 10 ਦਿਨ ਪਹਿਲਾਂ ਗੱਲ ਕੀਤੀ ਹੈ ਨਾ ਕਿ ਜੇ ਦਰਸ਼ਨ ਸਿੰਘ ਬਰਾੜ ਨੇ ਇੱਕ ਗੱਲ ਮੂੰਹ 'ਚੋਂ ਕੱਢੀ ਆ ਕਿ 4.5 ਸਾਲ ਸਰਕਾਰ ਸੁੱਤੀ ਰਹੀ ਇਹਦਾ ਮਤਲਬ ਇਹ ਆ ਕਿ ਸਾਨੂੰ ਹੋਰ ਕੰਮਾਂ ਤੋਂ ਬਿਨਾ ਸਿਰਫ ਤੇ ਸਿਰਫ ਗੁਰੂ ਸਾਹਿਬ ਦੀ ਬੇਅਦਬੀ ਦਾ ਹਿਸਾਬ ਚਾਹੀਦਾ ਦੋਸ਼ੀ ਅੰਦਰ ਚਾਹੀਦੇ ਆ 7 ਦਿਨ ਪਹਿਲਾਂ ਚਾਰ ਚਾਰ ਬੰਦਿਆਂ ਦੀ ਜ ਤਿੰਨ ਬੰਦਿਆਂ ਦੀ ਜ਼ਮਾਨਤਾਂ ਹੋ ਗਈਆਂ ਇਸ ਬੇਅਦਬੀ ਵਾਲੇ ਕੇਸ 'ਚ ਚਲੋ ਬੇਅਦਬੀ ਵਾਲੇ ਦੀ ਤੁਸੀਂ ਸੱਟ ਬਣਾਈ ਹੋਈ ਆ ਤੇ ਜਿਹੜਾ ਬਹਿਬਲ ਕਲਾ ਗੋਲੀकांड ਆ ਜਿੱਥੇ ਦੋ ਮਾਵਾਂ ਨੂੰ ਇਨਸਾਫ ਨਹੀਂ ਮਿਲਿਆ ਭਾਈ ਗੁਰਜੀਤ ਸਿੰਘ ਸਰਾਵਾ ਕ੍ਰਿਸ਼ਨ ਭਗਵਾਨ ਸਿੰਘ ਉਹਨਾਂ ਦਾ ਕਤਲ ਕੀਤਾ ਬਾਦਲ ਦੀ ਬਾਦਲ ਦੇ ਕਹਿਣ ਤੇ ਪੁਲਿਸ ਨੇ ਉਹ ਤਾਂ ਕਲੀਅਰ ਹੈ ਨਾ ਕੌਣ ਹੋਮ ਮਿਨਿਸਟਰ ਸੀ ਕੌਣ ਸੱਤਾ ਦੇ ਕਾਬਜ਼ ਸੀ ਕੌਣ ਡੀਜੀਪੀ ਸੀ ਕਿਹਨੇ ਗੋਲੀ ਚਲਾਈ ਆ ਥੱਲੇ ਵਾਲੇ ਐਸਐਚਓ ਡੀਐਸਪੀ ਤਾਂ ਤੁਸੀਂ ਰਗੜ ਤੇ ਤੇ ਜਿਨ੍ਹਾਂ ਦਾ ਹੁਕਮ ਆਇਆ ਉਤੋਂ ਉਹਨਾਂ ਨੂੰ ਤਾਂ ਆਪ ਕੀ ਲੋੜ ਸੀ ਗੋਲੀ ਚਲਾਉਂਦੀ ਜਿਨ੍ਹਾਂ ਨੇ ਆਰਡਰ ਦਿੱਤਾ ਹੈ ਗੋਲੀ ਚਲਾਈ ਆ ਕੋਟਪੁਰ ਚੌਂਕ 'ਚ ਨਾਮ ਜਪਦੀਆਂ ਸੰਗਤਾਂ ਦੇ ਗੋਲੀ ਚਲਾਈ ਸਿੱਧੂ ਸਾਹਿਬ ਇਨਸਾਫ ਦਵਾਦਨਗੇ ਸਿੱਧੂ ਸ ਅ ਸੈ ਕੋਈ ਸਿਆਸੀ ਆਗੂ ਹੋਵੇ ਕੋਈ ਸਰਕਾਰੀ ਅਫਸਰ ਹੋਵੇ ਜਿਹੜਾ ਕਤਾਈ ਕਰੂਗਾ ਹਸ਼ਰ ਬਾਦਲਾਂ ਤੋਂ ਵੀ ਪੈੜਾ ਹੋਊ ਉਹਦਾ ਜੇ ਕਿਸੇ ਨੂੰ ਆਪਾਂ ਮੁਜਰਮ ਨੂੰ ਪਨਾਹ ਦਿੰਨੇ ਆ ਨਾ ਤੇ ਉਹਦੇ ਤੇ ਵੀ ਓਡੀਓ ਕਾਰਵਾਈ ਹੁੰਦੀ ਆ ਨਾ ਜੇ ਪੁਸ਼ਤ ਪਨਾਹੀ ਕਰਾਂਗੇ ਕਿਉਂਕਿ ਪੈੜਾ ਤਾਂ ਬੇਅਦਬੀ ਦੀਆਂ ਬਾਦਲਾਂ ਦੇ ਘਰ ਤੱਕ ਜਾਂਦੀਆਂ ਨੇ ਜੇ ਉਹਨਾਂ ਪੈੜਾ ਨੂੰ ਨੱਪਾਂਗੇ ਤੇ ਦੋਸ਼ੀਆਂ ਨੂੰ ਬਾਹਰ ਕੱਢ ਲਿਆਵਾਂਗੇ ਤਾਂ ਬਚ ਜਾਗੇ ਦਰਸ਼ਨ ਬਰਾੜ ਤਿੰਨ ਵਾਰ ਵਿਧਾਇਕ ਬਣੇ ਆ ਦਰਸ਼ਨ ਬਰਾੜ ਮੰਤਰੀ ਵੀ ਰਏ ਆ ਹਰਚੰਸ ਸਿੰਘ ਬਰਾੜ ਬਲੇ ਅਜਿੰਦਰ ਕੋ ਪੱਠਰ ਵੇਰੇ ਬਰਾੜ ਸਾਹਿਬ ਨੂੰ ਮੰਤਰੀ ਅਹੁਦਾ ਨਹੀਂ ਮਿਲੇ ਇਸ ਕਰਕੇ ਨਰਾਜ਼ ਆ ਕੈਪਟਨ ਸਾਹਿਬ ਜੀ ਮੰਤਰੀ ਦੇ ਅਹੁਦੇ ਤੋਂ ਨਰਾਜ਼ ਹੋਣਾ ਹੁੰਦਾ ਤਾਂ 4.5 ਸਾਲ ਪਹਿਲੇ ਮਿਲਣਾ ਚਾਹੀਦਾ ਸੀਗਾ ਮੈਂ ਤੁਹਾਨੂੰ ਜਿਹੜੀ ਗੱਲ ਦੱਸੀ ਹੈ ਨਾ ਵੀ 85 ਚੋਹ ਹਲਕੇ ਤੋਂ ਚੋਣ ਲੜੀ ਆ ਜਿਸ ਹਲਕੇ ਚ ਸੰਤ ਜਨੈਲ ਸਿੰਘ ਪਿੰਡਰਾਵਾਲਾ ਦਾ ਪਿੰਡ ਪੈਂਦਾ ਸੰਤਾਂ ਦੀ ਸ਼ਹਾਦਤ ਤੋਂ 6 ਮਹੀਨੇ ਬਾਅਦ ਉੱਥੇ ਚੋਣ ਸੀ ਦਿੱਲੀ ਸਿੱਕਤਲਿਆਮ ਦੀ ਭਾਜਪਾ ਆਰਐਸਐਸ ਦੀ ਜਿਹੜੀ ਸਾਜ਼ਿਸ਼ ਸੀ ਉਹ ਤੋਂ 2 ਮਹੀਨੇ ਬਾਅਦ ਬਾਕੇ ਪ੍ਰਣ ਦੀ ਵਿਧਾਨ ਸਭਾ ਦੀ ਚੋਣ ਸੀ ਜਦੋਂ ਸਦਾ ਸਰਜੀਤ ਸਿੰਘ ਬਨਾਲਾ ਮੁੱਖ ਮੰਤਰੀ ਬਣੇ ਆ ਤਾਂ ਉਸ ਸਮੇਂ ਉੱਥੋਂ ਚੋਣ ਲੜਨ ਵਾਲੇ ਬੰਦੇ ਮਾਲਵੇ ਚ ਕਾਂਗਰਸ ਦਾ ਝੰਡਾ ਬੁਲੰਦ ਕਰਨ ਵਾਲੇ ਡਟ ਕੇ ਬਾਦਲਾਂ ਦੇ ਖਿਲਾਫ ਲੜਾਈ ਲੜਨ ਵਾਲੇ ਹੱਕਦਾਰ ਨੇ ਜਾ ਉਹ ਹੱਕਦਾਰ ਨੇ ਜਿਹੜੇ ਇੱਕ ਇੱਕ ਵਾਰੀ ਐਮ ਐਲ ਏ ਬਣੇ ਆ ਤੇ ਉਹਨਾਂ ਤੋਂ ਆਪਦੇ ਮੈਂ ਇਥੋਂ ਤੁਸੀਂ ਗੱਲ ਸਵਾਲ ਪੁੱਛ ਲਿਆ ਮੈਂ ਇਹ ਕਹਿਣਾ ਕਿ ਮੁੱਖ ਮੰਤਰੀ ਸਾਹਿਬ ਜਿਹੜੇ ਮੰਤਰੀ ਬਣਾਏ ਆ ਤੁਸੀਂ ਉਹਨਾਂ ਦੀ ਕਾਰਗੁਜ਼ਾਰੀ ਤਾਂ ਲੈ ਲਓ ਕੀ ਆ ਕਿਉਂ ਟੀਚਰਾਂ ਦੇ ਡਾਂਗਾਂ ਪੈ ਰਹੀਆਂ ਨੇ ਆ ਬਾਦਲਾਂ ਨੇ ਟੀਚਰ ਕੁੱਟੇ ਆ ਭਵਿੱਖ ਘੜਿਆ ਸਾਡੇ ਉਹ ਪੰਜਾਬ ਦੇ ਜੇ ਅਸੀਂ ਉਹਨਾਂ ਨੂੰ ਕੁੱਟਣਾ ਕਿ ਉਹਨਾਂ ਨੂੰ ਮਾਨ ਸਨਮਾਨ ਦੇਣਾ ਹੈ ਉਹਨਾਂ ਨੂੰ ਸਨਮਾਨਿਤ ਕਰਨਾ ਇੱਕ ਤਾਂ ਅਸੀਂ ਕਹਿੰਨੇ ਆ ਸਰਕਾਰੀ ਸਹੂਲਿਆਂ ਦੀ ਹਾਲਤ ਬੇਤਰ ਹੋਵੇ ਸਰਕਾਰੀ ਸਕੂਲ ਅਸੀਂ ਸਮਾਰਟ ਸਕੂਲ ਬਣਾਤੇ ਆ ਬਹੁਤ ਵਧੀਆ ਇਹ ਉਪਰਾਲਾ ਕੀਤਾ ਕੈਪਟਨ ਅਮਰਿੰਦਰ ਸਿੰਘ ਨੇ ਕਾਂਗਰਸ ਪਾਰਟੀ ਨੇ ਪੜ੍ਹਾਈ ਦੇ ਮਾਮਲੇ 'ਚ ਪਰ ਜੇ ਟੀਚਰਾਂ ਨੂੰ ਨਹੀਂ ਰੱਖਾਂਗੇ ਅਸੀਂ ਟੀਚਰਾਂ ਨੂੰ ਡਾਂਗਾ ਨਾ ਕੁੱਟਾਂਗੇ ਇਹਨਾਂ ਅਫਸਰਾਂ ਮਗਰ ਲਾ ਕੇ ਨਾ ਮੰਤਰੀਆਂ ਦੀ ਕਾਰਗੁਜ਼ਾਰੀ ਤੇ ਤਾਂ ਸਵਾਲ ਹੋਣਾ ਚਾਹੀਦਾ ਨਾ ਦਰਸ਼ਾ ਬਰਾੜ ਦੇ ਫਰਜ਼ੰਦ ਨੂੰ ਅਫਸੋਸ ਹੈ ਉਹਨਾਂ ਦੇ ਪਿਤਾ ਨੂੰ ਮੰਤਰੀ ਨਹੀਂ ਬਣਾਇਆ ਗਿਆ ਮੰਤਰੀ ਅਹੁਦੇ ਰਤਬੇ ਬਾਦਸ਼ਾਹੀਆਂ ਪਰਮਾਤਮਾ ਬਖਸ਼ਦਾ ਹੈ ਪਰਮਾਤਮਾ ਸਾਨੂੰ ਪਿਆਰ ਕਰਦਾ ਸਾਡੇ ਹਲਕੇ ਦੇ ਲੋਕ ਇੱਕ ਗੱਲ ਸੁਣੋ ਪੈਸਾ ਸਭ ਤੋਂ ਵੱਧ ਬਾਦਲ ਪਰਿਵਾਰ ਨੇ ਬਣਾ ਲਿਆ ਆਪਾਂ ਨੂੰ ਪਤਾ ਹੈ ਤੇ ਜਿੰਨਾ ਪੈਸਾ ਬਾਦਲ ਪਰਿਵਾਰ ਨੇ ਇਕੱਠਾ ਕਰ ਲਿਆ ਉਹਦੇ ਨਾਲ ਉਹਨੂੰ ਉਸ ਤੋਂ ਵੱਧ ਲਾਹਣਤਾਂ ਇਕੱਠੀਆਂ ਕਰ ਲਈਆਂ ਤੇ ਫਿਰ ਉਹ ਰੌਦੇ ਰਤਬੇ ਤੇ ਬਾਦਸ਼ਾਹੀਆਂ ਤੇ ਪੈਸਾ ਕਿਸ ਕਾ ਮਾਇਆ ਪਿਆਰ ਚਾਹੀਦਾ ਲੋਕਾਂ ਦਾ ਉਹਦਾ ਰੁਤਬਾ ਕੁਝ ਵੀ ਮਾਇਨੇ ਨਹੀਂ ਰੱਖਦਾ ਤੁਹਾਡੇ ਲੋਕ ਤੁਹਾਡੇ ਤੇ ਜਾਨਵਾਰ ਦੇ ਆ ਤੁਹਾਡੇ ਲੋਕ ਆਪਣਾ ਪਰਿਵਾਰ ਲੈ ਕੇ ਤੁਹਾਡੇ ਮੂਹਰੇ ਆ ਕੇ ਖੜਦੇ ਜੇ ਕੋਈ ਸਮੱਸਿਆ ਆਈ ਆ ਆ 10 15 ਦਿਨਾਂ ਚ ਸਾਡੇ ਲਈ ਤਾਂ ਗੱਲ ਛੋਟੀ ਆ ਆਮ ਲੋਕਾਂ ਨੂੰ ਹੀ ਲੱਗਦਾ ਸੀ ਕਿ ਇਹਨਾਂ ਦੇ ਕਾਰੋਬਾਰ ਨੂੰ ਬੰਦ ਕਰਾਤਾ ਵੀ ਹੋ ਸਕਦਾ ਵੀ ਨੁਕਸਾਨ ਬਹੁਤ ਹੋ ਗਿਆ ਸਨੇਹ ਫੋਨ ਲੋਕਾਂ ਦਾ ਘਰੇ ਆਉਣਾ ਜਾਣਾ ਇੰਨਾ ਹੋ ਗਿਆ ਵੀ ਕੋਈ ਗੱਲ ਨਹੀਂ ਕੋਈ ਪ੍ਰਵਾਹ ਨਾ ਕਰਿਓ ਕੱਲ ਵੀ ਇੱਕ ਬਹੁਤ ਵੱਡੇ ਸਿਆਸੀ ਆਗੂ ਦਾ ਫੋਨ ਆਇਆ ਸਾਡੀ ਪਾਰਟੀ ਦੇ ਕਿ ਫਿਕਰ ਨਾ ਕਰੋ ਮੈਂ ਕਿਹਾ ਤੈਨੂੰ ਪਤਾ ਬਾਈ ਅਸੀਂ ਫਿਕਰ ਕਰਨ ਵਾਲੇ ਹੈਗੇ ਆ ਅਸੀਂ ਤਾਂ ਹਰ ਗੱਲ 'ਚ ਉਹ ਜ਼ਿਕਰ ਕਰਨ ਵਾਲੇ ਆ ਮਾਲਕ ਦਾ ਅਸੀਂ ਫਿਕਰ ਕਰਨ ਵਾਲੇ ਲੋਕ ਨਹੀਂ ਇੱਕ ਹੋਰ ਛੋੜਾ ਬ੍ਰੇਕ ਲਵਾ ਕੇ ਫਿਰ ਤੋਂ ਵਾਪਸ ਆਵਾਂਗੇ ਕਮਲਜੀ ਬਰਾੜ ਹਰਾਂ ਨੇ ਕਿਹਾ ਕਿ ਸਾਨੂੰ ਲੋਕਾਂ ਦਾ ਪਿਆਰ ਚਾਹੀਦਾ ਤੇ ਉਹ ਦਸ਼ਮ ਬਰਾੜ ਦੇ ਹਵਾਲੇ ਦੇ ਨਾਲ ਇਹ ਕਹਿ ਰਹੇ ਆ ਆਪਦੇ ਪਿਤਾ ਦੇ ਹਵਾਲੇ ਦੇ ਨਾਲ ਤੇ ਹੁਣ ਕਮਲਜੀ ਬਰਾੜ ਕਿਤੇ ਆਪਦੇ ਲਈ ਪਿਆਰ ਤਾਂ ਨਹੀਂ ਵਗਦੇ ਪਏ ਵਾਪਸ ਆ ਰਿਹਾ ਇੱਕ ਵਾਰ ਤੁਹਾਡਾ ਸਵਾਦ ਕਰਦੇ ਆ ਤੇ ਦਸ਼ਮ ਸਿੰਘ ਬਰਾੜ ਦੇ ਫਰਜੰਦ ਕਮਲਜੀਤ ਬਰਾੜ ਸਾਡੇ ਨਾਲ ਮੌਜੂਦ ਹੈ ਬਰਾੜ ਸਾਹਿਬ ਤੁਸੀਂ ਕਿਹਾ ਵੀ ਸਾਨੂੰ ਲੋਕਾਂ ਦਾ ਪਿਆਰ ਚਾਹੀਦਾ ਪਿਛਲੀ ਵਾਰ ਵੀ ਤੁਸੀਂ ਰੇਸ ਵਿੱਚ ਸੀਗੇ ਇਸ ਵਾਰ ਵੀ ਰੇਸ ਵਿੱਚੋਂ ਕਿ ਪਿਤਾ ਜੀ ਹੁਣ ਤੁਸੀਂ ਆਰਾਮ ਨਾਲ ਬੈਠੋ ਤੇ ਮੁੰਡੇ ਲੜਨੀ ਚਾਹੁੰਦੇ ਇਦਾਂ ਦੀ ਗੱਲ ਹੁੰਦੀ ਪਿਤਾ ਜੀ ਰਾਣਾ ਪਿਤਾ ਜੀ ਤੋਂ ਬਿਨਾਂ ਸਾਡਾ ਕੋਈ ਵਿਯੋਧ ਨਹੀਂ ਜੋ ਘਾਲਣਾ ਜੋ ਸੰਘਰਸ਼ ਅਸੀਂ ਦੇਖਿਆ ਅਸੀਂ ਬਹੁਤ ਛੋਟੇ ਸੀ ਆਈ ਜਹਦਰ ਤੋਦਾ ਸਿੰਘ ਤੇ ਇੱਕ ਕਾਂਗਰਸ ਪਾਰਟੀ ਦਾ ਬਹੁਤ ਵੱਡਾ ਆਗੂ ਸੀ ਸਾਡਾ ਉਹ ਉਹ ਸਰਦਾਰੀ ਸੀ ਉਹਨਾਂ ਦੇ ਵਿੱਚ ਬੜੀ ਹੋਈ ਇਹਨਾਂ ਦੋਨਾਂ ਬੰਦਿਆਂ ਨੇ ਰਲ ਕੇ ਮੇਰੇ ਪਿਤਾ ਜੀ ਤੇ 302 ਦਾ ਝੂਠਾ ਮੁਕੱਦਮਾ ਕਰਾਇਆ ਸੀ ਮੈਂ 5 ਕਿਸਾਲ ਦਾ ਸੀ ਤੇ ਸਾਡੇ ਤਿੰਨ ਭੈਣ ਭਰਾ ਤਿੰਨੇ ਅਸੀਂ ਬਹੁਤ ਛੋਟੀ ਉਮਰ ਸੀ ਸਾਡੀ ਤੇ ਅਸੀਂ ਬਿਨਾਂ ਮਾਂ ਬਾਪ ਤੋਂ ਕਿਉਂਕਿ ਪਿਤਾ ਜੀ ਹਜ਼ੂਰ ਸਾਹਿਬ ਚਲੇ ਗਏ ਸੇਵਾ ਕਰਨ ਮਾਤਾ ਜੀ ਨਾਲ ਲੈ ਕੇ ਵੀ ਕਿਉਂਕਿ ਝੂਠਾ ਮੁਕੱਦਮਾ ਸੀ ਪਾਸੇ ਹੋਣਾ ਸੀ ਜੇ ਦਿੱਲੀ ਪੁਲਿਸ ਘਰੇ ਆਉਂਦੀ ਸੀ ਇਹਨਾਂ ਦੀ ਚੱਲਦੀ ਸੀ ਵੱਡੇ ਲੀਡਰਾਂ ਦੀ ਤਾਂ ਉਹ ਇਹੋ ਜਿਹਾ ਧੱਕਿਆਂ ਜਿਓਂ ਨਿਕਲੇ ਹਾਂ ਆਗੂ ਨੇ ਤੇ ਉਹਨਾਂ ਤੋਂ ਬਿਨਾ ਸਾਡਾ ਵੀ ਵजूद ਕੋਈ ਨਹੀਂ ਹੈਗਾ ਜੇ ਚਾਹ ਸਾਡਾ ਕੋਈ ਫੇਸ ਹੈ ਸਾਡੀ ਕੋਈ ਇੱਜ਼ਤ ਮਾਨ ਸਤਕਾਰ ਲੋਕਾਂ 'ਚ ਹੈ ਤਾਂ ਮੇਰੇ ਪਿਤਾ ਜੀ ਕਰਕੇ ਹੀ ਆ ਜਿਹੜੇ ਕਿ ਦਰਸ਼ਨ ਬਰਾੜ ਕਮਲਜੀ ਬਰਾੜ ਲਈ ਵੋਟਾਂ ਮੰਗਣਗੇ ਹਰੇਕ ਪਿਤਾ ਆਪਣੇ ਪੁੱਤਰ ਲਈ ਮੰਗਦਾ ਹੈ ਕਰਦਾ ਹੈ ਪਿਤਾ ਨੇ ਤਾਂ ਵੋਟਾਂ ਮੰਗਣੀਆਂ ਇੱਥੇ ਇੱਕ ਪਿਤਾ ਨੇ ਪ੍ਰਕਾਸ਼ ਸਿੰਘ ਬਾਦਲ ਨੇ ਸਾਰਾ ਅਕਾਲੀ ਦਲ ਕੁਰਬਾਨੀਆਂ ਵਾਲੀ ਪਾਰਟੀ ਰੋੜ ਤੇ ਆਉਦੇ ਪੁੱਤ ਲਈ ਮੇਰੇ ਪਿਤਾ ਨੇ ਤਾਂ ਵੋਟਾਂ ਹੀ ਮੰਗਣੀਆਂ ਉਹਨਾਂ ਨੇ ਤਾਂ ਅਕਾਲੀ ਦਲ ਤਬਾਹ ਹੀ ਕਰਤਾ ਪੰਥਕ ਲੋਕ ਜਿਹੜੇ ਅਸਲ ਅਕਾਲੀ ਦਲ ਚ ਜਿਹੜੇ ਇਹੋ ਜਿਹੇ ਲੋਕ ਸੀ ਅੱਜ ਅਕਾਲੀ ਦਲ ਚ ਇਹੋ ਜਿਹਾ ਬੰਦਾ ਹੈ ਕੋਈ ਸਰਦਾਰ ਕਪੂਰ ਸਿੰਘ ਵਰਗਾ ਜਿਹੜਾ ਸਟੇਜ 'ਤੇ ਉਹ ਇਹ ਗੱਲ ਕਹਿ ਦੇਵੇ ਕਿ ਮੈਂ ਪੰਥਕ ਪਾਰਟੀ ਦਾ ਉਮੀਦਵਾਰ ਤੇ ਮੈਂ ਇੱਕ ਸੱਚਾ ਸਿੱਖ ਤੇ ਤੰਬਾਕੂ ਪੀਣ ਵਾਲਾ ਜਾਂ ਸ਼ਰਾਬ ਪੀਣ ਵਾਲਾ ਮੈਨੂੰ ਵੋਟ ਨਾ ਪਾਵੇ ਹੈ ਕੋਈ ਬੰਦਾ ਇਹੋ ਜਿਹਾ ਉਹ ਲੋਕ ਇਹਨਾਂ ਨੇ ਖਤ ਅੱਜ ਕੈਰੋਂ ਪਰਿਵਾਰ ਨੂੰ ਜਲੀਲ ਕਰਾ ਰਹੇ ਆ ਇਹ ਬਲਟੋਹੇ ਅਰਗਿਆਂ ਤੋਂ ਭਗੌੜਿਆਂ ਤੋਂ ਜਿਹੜੇ ਦਰਬਾਰ ਸਾਹਿਬ ਚੋਂ ਹੱਥ ਖੜੇ ਕਰਕੇ ਨਿਕਲੇ ਆ ਅੱਜ ਸੇਖਵਾ ਸਾਹਿਬ ਵਰਗੇ ਅੱਜ ਬ੍ਰਹਮਪੁਰਾ ਸਾਹਿਬ ਵਰਗੇ ਟੀਨਸਾ ਸਾਹਿਬ ਵਰਗੇ ਲੋਕ ਪਾਸੇ ਕਿ ਹੋ ਗਏ ਨਾ ਤੋਂ ਕਿਉਂਕਿ ਪੁੱਤਰ ਮੋਹ ਦੇ ਵਿੱਚ ਸਾਰਾ ਕੁਝ ਤਬਾਹ ਕਰਤਾ ਤੇ ਇਹ ਵੋਟਾਂ ਮੰਗਣੀਆਂ ਆ ਆਪਦੇ ਪੁੱਤਰਾਂ ਦੇ ਉਹਨਾਂ ਦਾ ਪੁੱਤਰ ਮੋਹ ਨਹੀਂ ਜਿੰਨਾ ਤੁਸੀਂ ਨਾਮ ਲਿਆ ਸਾਰਾਂ ਦੇ ਪੁੱਤਰ ਮੋਹ ਇੱਕ ਹੁੰਦਾ ਹੱਦ ਹੁੰਦੀ ਐ ਇੱਕ ਹੱਦ 'ਚ ਰਹਿ ਕੇ ਕੰਮ ਕਰਨਾ ਪੁੱਤਰ ਨੂੰ ਹਲਕੇ ਦੇ ਵਰਕਰਾਂ ਨੂੰ ਆਪਦੇ ਪੁੱਤਰਾ ਵਾਂਗੂ ਸਮਝਣਾ ਇੱਕ ਹੁੰਦਾ ਸਿਰਫ ਆਪਦੇ ਪੁੱਤਰ ਲਈ ਸਾਰਾ ਕੁਝ ਲਿਖਣਾ ਅੱਜ ਕੈਪਟਨ ਮੋਰਿੰਦਰ ਸਿੰਘ ਵੀ ਤਾਂ ਮੁੱਖ ਮੰਤਰੀ ਆ ਉਹਨੇ ਤਾਂ ਕਦੇ ਕਿਹਾ ਨਹੀਂ ਮੇਰਾ ਪੁੱਤ ਮੂਰੇ ਆਵੇ ਤਾਂ ਮੇਰੇ ਪੁੱਤੀ ਸਾਰਾ ਕੁਝ ਹੋਵੇ ਤੇ ਮੈਂ ਆਪਦੇ ਪੁੱਤ ਦੀ ਖਾਤਰ ਸਾਰਿਆਂ ਦੀ ਬਲੀ ਦੇ ਦੇਆ ਸਾਢੇ 4 ਸਾਲ ਤੋਂ ਤੁਸੀਂ ਦੇਖਿਆ ਹੋ ਗੁਰਾਂਦਰ ਸਿੰਘ ਕਿੱਥੇ ਆ ਕਦੇ ਦੱਸਿਆ ਵੀ ਦੂਜੇ ਪੋਲੀਟਿਸ਼ੀਅਨਾਂ ਨੂੰ ਮਿੱਦ ਕਿਉਂ ਮੂਰੇ ਆਇਆ ਹੋਵੇ ਹਰੇਕ ਬੰਦੇ ਦੀ ਆਪੋ ਹੀ ਆਪਣੀ ਸੋਚ ਹੁੰਦੀ ਆ ਨਾ ਇਹ ਸੋਚ ਇਹਨਾਂ ਦੀ ਆ ਕਿ ਲੋਕ ਨਹੀਂ ਆਪਦਾ ਹੀ ਸਾਰਾ ਕੁਝ ਪਰਿਵਾਰ ਅੱਗੇ ਸਾਲਾ ਮੰਤਰੀ ਜਵਾਈ ਮੰਤਰੀ ਭਾਈ ਮੰਤਰੀ ਚਾਚਾ ਮੰਤਰੀ ਤਾਇਆ ਮੰਤਰੀ ਸਾਰਾ ਕੁਝ ਆਪਦਾ ਹੀ ਸੀ ਤੁਹਾਡੇ ਤੇ ਪਾਰਟੀ ਤੇ ਵੀ ਐਮਐਲਏ ਦੇ ਮੁੰਡਿਆਂ ਨੂੰ ਨੌਕਰੀ ਦੇ ਦੋ ਹੂੰ ਤੇ ਗਲਤ ਗੱਲ ਆ ਕਰ ਕਿਸ ਨੂੰ ਦੋ ਤੇ ਅਸੀਂ ਉਹਦਾ ਅਸੀਂ ਵਿਰੋਧ ਕੀਤਾ ਉਹਦਾ ਸਾਰੇ ਸਾਡੀ ਸਰਕਾਰ ਦੇ ਸਾਡੇ ਐਮਐਲਏ ਨੇ ਸਭ ਨੇ ਵਿਰੋਧ ਕੀਤਾ ਹੈ ਗਲਤ ਕੀਤਾ ਫੈਸਲਾ ਲੋੜ ਰੋਜ਼ਗਾਰ ਦੀ ਲੋੜਵੰਦਾਂ ਨੂੰ ਆ ਸਿੱਧੂ ਸਾਹਮਣੇ ਸਿੱਧੂ ਸਾਹਮਣੇ ਤੁਹਾਨੂੰ ਕਹਤਾ ਵੀ ਕਮਲਜੀਤ ਬਰਾੜ ਤਿਆਰ ਟਿਕਟ ਪੱਕੀ ਆ ਨਹੀਂ ਇਦਾਂ ਨਹੀਂ ਹੁੰਦਾ ਹਾਂ ਮਿਹਨਤ ਕਰੋ ਹਾਂ ਮਿਹਨਤ ਕਰਦੇ ਜਾਓ ਮਿਹਨਤ ਕਰਦੇ ਜਾਓ ਪ੍ਰਮਾਤਮਾ ਫਲ ਦਿੰਦਾ ਫਲ ਦੀ ਇੱਛਾ ਨਾ ਰੱਖੋ ਚਲੋ ਜਿੰਨੇ ਕਰਕੇ ਇਹ ਸਵਾਲ ਖੜੇ ਹੋਏ ਆ ਤੁਹਾਡੇ ਤੇ ਕਰੈਸ਼ਰ ਵਾਲੇ ਪੰਜਾਬ ਦੇ ਵਿੱਚ ਨਜਾਇਜ਼ ਮਾਈਨਿੰਗ ਹੋ ਰਹੀ ਆ ਨਜਾਇਜ਼ ਮਾਈਨਿੰਗ ਜੇ ਹੋ ਰਹੀ ਹੈ ਮਾਈਨਿੰਗ ਨਜਾਇਜ਼ ਇਹ ਮਾਈਨਿੰਗ ਨਜਾਇਜ਼ ਨਹੀਂ ਹੁੰਦੀ ਜੇ ਅਸੀਂ ਜੇ ਕੇਪੀ ਇੱਕ ਕਿਸਾਨ ਦਾ ਪੁੱਤ ਹੋਵੇ ਕਮਲਜੀਤ ਸਿੰਘ ਬਰਾੜ ਇੱਕ ਕਿਸਾਨ ਦਾ ਪੁੱਤ ਹੋ ਗੁਰਜਨ ਸਿੰਘ ਬਰਾੜ ਇੱਕ ਕਿਸਾਨ ਦਾ ਪੁੱਤਰ 3-4 ਕਰੋੜ ਦਾ ਲੋਨ ਲੈ ਕੇ ਸਰਕਾਰ ਤੋਂ ਸਾਰੀਆਂ ਪਰਮਿਸ਼ਨਾਂ ਲੈ ਕੇ 2 ਸਾਲ ਤੋਂ ਕ੍ਰੈਸ਼ਰ ਚਲਾ ਰਿਹਾ ਜੇ ਕੋਈ ਰਿਟਰਨ ਲੇਟ ਹੋ ਗਈਆਂ ਤੇ ਇਹ ਕਾਰੋਬਾਰ ਨੇ ਇਹਨਾਂ ਨੂੰ ਨਾਜਾਇਜ਼ ਨਹੀਂ ਕਹਿ ਸਕਦੇ ਨਾਜਾਇਜ਼ ਕਾਰੋਬਾਰ ਹੋ ਰਿਹਾ ਪੰਜਾਬ 'ਚ ਜੋ ਹੋ ਰਿਹਾ ਤਾਂ ਬੰਦ ਹੋਣਾ ਚਾਹੀਦਾ ਨਹੀਂ ਤੁਹਾਨੂੰ ਲੱਗਦਾ ਕਿ ਕਾਂਗਰਸੀ ਕਰ ਰਿਹਾ ਅਕਾਲੀ ਕਰ ਰਿਹਾ ਆਮ ਆਦੀ ਪਾਰਟੀ ਵਾਲੇ ਕਰ ਰਿਹਾ ਕੌਣ ਕਰ ਰਿਹਾ ਆਮ ਲੋਕ ਕਰ ਰਹੇ ਕਿ ਨਹੀਂ ਸਿਆਸੀ ਲੋਕ ਕਰਦੇ ਆਮ ਲੋਕ ਕੁਝ ਕਰ ਸਕਦੇ ਆ ਹਾਂ ਆਮ ਲੋਕਾਂ ਦਾ ਕੁਝ ਕੁਝ ਬਣ ਸਕਦਾ ਸੰਵਰ ਸਕਦਾ ਆਮ ਲੋਕਾਂ ਦਾ ਸਵਾਰਨ ਵਾਲਾ ਆਮ ਬੰਦਾ ਇੱਕ ਸਵਾਰੀ ਸਿਆਸੀ ਲੋਕ ਨਾਜਾਇਜ਼ ਮਾਈਨਿੰਗ ਕਰਦੇ ਪਏ ਆ ਹੋ ਸਕਦਾ ਕਰਦੇ ਹੁਣ ਮੈਂ ਮੈਨੂੰ ਤਾਂ ਤੁਹਾਡੀ ਸਰਕਾਰ ਨੇ ਕਾਰਵਾਈ ਕੀਤੀ ਮੈਂ ਤਾਂ ਦੇਖੋ ਕੀ ਪੀਜੀ ਮੈਂ ਤਾਂ ਹਲਕੇ ਚ ਸੇਵਾ ਚ ਹੀ ਰਹਿਣਾ ਮੈਨੂੰ ਕਾਰੋਬਾਰ ਨਾ ਜਾਂ ਇਹਨਾਂ ਚੀਜ਼ਾਂ ਦਾ ਕੋਈ ਅਖਤਿਆਰ ਨਹੀਂ ਮੈਂ ਜਾਂਦਾ ਹਾਂ ਲਈ ਹੁਣ ਜਾਣਾ ਮੈਂ ਕਿਉਂਕਿ ਮੈਂ ਕਦੇ ਉੱਥੇ ਗਿਆ ਹੀ ਨਹੀਂ ਜਿੱਥੇ ਸਾਡਾ ਕੰਮ ਚੱਲਦਾ ਵੱਡਾ ਬਾਈ ਦੇਖਦਾ ਸਾਰਾ ਬਿਜ਼ਨਸ ਹੁਣ ਜ਼ਰੂਰ ਜਾਣਾ ਤੁਹਾਡੇ ਰਾਹੀਂ ਮੈਂ ਸੁਖਵੀਰ ਬਾਦਲ ਨੂੰ ਇਹ ਚੈਲੰਜ ਕਰਕੇ ਕਹਿਣਾ ਤਰੀਕ ਤੇ ਸਮਾਂ ਦੱਸ ਦੇ ਕਿੰਨੇ ਵਜੇ ਕਿਹੜੀ ਤਰੀਕ ਨੂੰ ਤੂੰ ਆਪਦੇ ਸਾਲੇ ਨੂੰ ਨਾਲ ਲੈ ਕੇ ਉੱਥੇ ਆਏਗਾ ਆਇਓ ਉੱਥੇ ਵੀ ਦਿਖਾਵਾਂਗੇ ਸਾਰਾ ਕੁਝ ਕੀ ਆ ਚਾਹ ਪਾਣੀ ਪਿਆਵਾਂਗੇ ਤੇ ਬਾਹ ਫੜ ਕੇ ਤੈਨੂੰ ਉੱਥੇ ਵੀ ਲੈ ਕੇ ਚੱਲੂ ਜਿੱਥੇ 2-200 ਫੁੱਟ ਖੱਡੇ ਆ ਤੇਰੇ ਜਿ세 ਦਾ ਤੋਤਾ ਸਿੰਘ ਦੇ ਮੁੰਡੇ ਨੇ ਪਾਏ ਹੋਏ ਆ ਉਹ ਕਹਿੰਦਾ ਨਾ ਕਿ ਮੇਰਾ ਤਾਂ ਕੋਈ ਲੈਂਡ ਦੇਣ ਨਹੀਂ ਮੇਰੇ ਨਾਂ ਤੇ ਨਹੀਂ ਉਹ ਭਾਈ ਤੁਸੀਂ 2 ਨੰਬਰ ਦਾ ਕਰਦੇ ਹੋਵੋਗੇ ਲਕੋਨੇ ਕਿਉਂ ਮੇਰੇ ਭਰਾ ਨੇ ਆਪਦੇ ਨਾਮ ਦੇ ਲੋਨ ਲਿਆ ਆਪਦੇ ਨਾਮ ਤੇ ਉੱਥੇ ਕੰਮ ਸ਼ੁਰੂ ਕੀਤਾ ਇਹਦਾ ਮਤਲਬ ਸਹੀ ਆ ਤੇ ਜੇ ਗਲਤ ਕਰਨਾ ਹੋਵੇ 2 ਨੰਬਰ ਦਾ ਕਰਨਾ ਹੋਵੇ ਤਾਂ ਬਥੇਰੇ ਦੋਸਤ ਮਿੱਤਰ ਆ ਬਥੇਰੇ ਰਿਸ਼ਤੇਦਾਰ ਤੁਹਾਡੀ ਸਰਕਾਰ ਨੇ ਤੁਹਾਡੇ ਤੋਂ ਸਵਾਲ ਚੱਕੇ ਜਾਂ ਪਿਛਲੀ ਸਰਕਾਰ ਨੇ ਸਵਾਲ ਚੱਕਤੇ ਉਹੀ ਤਾਂ ਚੱਕ ਰਿਹਾ ਹੈ ਸੁਖਬੀਰ ਸਿੰਘ ਬਾਦਲ ਜਿਹਦੇ ਹੱਥ ਰੰਗੇ ਹੋਏ ਬੇਅਦਬੀ ਚ ਮੈਂ ਇੱਕ ਗੱਲ ਕਹਿਣੀ ਚਾਹੁੰਦਾ ਕਿ ਜੀ ਚਲੋ ਆਪ ਦੀ ਸਰਕਾਰ ਵੇਲੇ ਤੇ ਇਹਨਾਂ ਨੇ ਬੋਲਣਾ ਕੀ ਸੀ ਥੱਲੇ ਤੋਂ ਲੈ ਕੇ ਤਾਂ ਤੱਕ ਸਾਰੇ ਵਰਕਰ ਆਲੀ ਦਲ ਦੇ ਜਾਂ ਐਸਜੀਪੀਸੀ ਮੈਂਬਰ ਗੁਰੂ ਸਾਹਿਬ ਦੀ ਬੇਅਦਬੀ ਵੇਲੇ ਤੇ ਅੰਦਰ ਘੋਰਨੇ ਚ ਬੜ ਕੇ ਬਹਿ ਗਏ ਚਲੋ ਉਦੋਂ ਤੁਹਾਡੀ ਸਰਕਾਰ ਸੀ ਨਹੀਂ ਬੋਲ ਸਕੀ ਉਹ ਅੱਜ ਬੋਲੋ ਅੱਜ 328 ਰੁਪਏ ਗੁਰੂ ਸਾਹਿਬ ਦੇ ਚੋਰੀ ਹੋਏ ਆ ਤੁਹਾਨੂੰ ਗੁਰੂ ਸਾਹਿਬ ਨਾਲੋਂ ਵੱਧ ਆਹ ਚੀਜ਼ਾਂ ਪਿਆਰੀਆਂ ਹੋਗੀਆਂ ਵੋਟਾਂ ਸੁਖਬੀਰ ਸਿੰਘ ਬਾਦਲ ਇਹ ਗੱਲ ਨੋਟ ਕਰ ਲਵੇ ਜਿਹੜਾ ਕਦਮ ਚੱਕਦਾ ਉਹੋ ਕਦਮ ਉਹਦੇ ਖਿਲਾਫ ਹੀ ਜਾਣਾ ਹੈ ਕਿਉਂਕਿ ਇਹਨਾਂ ਨੇ ਗੁਰੂ ਨਾਲ ਮੱਥਾ ਲਾਇਆ ਹੈ ਸਵਾਲ ਚੱਕਦਾ ਸਾਡੇ ਤੇ ਸਵਾਲ ਤਾਂ ਇਹ ਵੀ ਬਣਦਾ ਕਿ ਬੇਅਦਬੀ ਸ਼ੁਰੂ ਹੋਣ ਦਾ ਕਾਰਨ ਕੀ ਬਣਿਆ ਜਦੋਂ ਤੁਸੀਂ ਇੱਕ ਬੰਦੇ ਦੀ ਫਿਲਮ ਦੇ ਪੋਸਟਰਾਂ ਦੀ ਵੀ ਰਾਖੀ ਕਰਨ ਲੱਗ ਜੋਂਗੇ ਜਦੋਂ ਤੁਸੀਂ ਉਹਦੀ ਫਿਲਮ ਲਵਾਉਣ ਲਈ ਸਿਕਿਉਰਿਟੀ ਪੁਲਿਸ ਜਿਹੜੀ ਆਮ ਲੋਕਾਂ ਲਈ ਹੈ ਤੇ ਉਹਦੇ ਪੋਸਟਰਾਂ ਦੇ ਕੋਲ ਖੜੀ ਕਰ ਦਿਓਗੇ ਕਿ ਪੋਸਟਰ ਨਾ ਪਾਰ ਜੇ ਕੋਈ ਐਮ ਐਸ ਜੀ ਦੇ ਮੂਵੀ ਲੱਗੀ ਸੀ ਨਾ ਇਹਨਾਂ ਨੇ ਲਵਾਈ ਆ ਉਹਨੂੰ ਸ਼ਾਇ ਹੀ ਇਨੀ ਦੇਤੀ ਅਫਸਰशाही ਹਜੇ ਵੀ ਬਾਦਲਾਂ ਦੇ ਕਹਿੰਦੇ ਕੰਮ ਕਰਦੀ ਬੀ ਬਾਦਲਾਂ ਦੇ ਕਹਿੰਦੇ ਨਹੀਂ ਕੰਮ ਕਰਦੀ ਬੇਲਗਾਮ ਆ ਜਿੱਥੋਂ ਕੁਝ ਬਣਦਾ ਦਿਸਦਾ ਅੱਜ ਮੈਂ ਇਹ ਗੱਲ ਤੁਹਾਡੇ ਰਾਹੀਂ ਕਹਿਣਾ ਹੈ ਮੁੱਖ ਮੰਤਰੀ ਸਾਹਿਬ ਨੂੰ ਕਿ ਸਾਢੇ 14 ਸਾਲ 10 ਸਾਲ ਬਾਦਲਾਂ ਦੇ ਰਾਜ ਦੇ ਸਾਢੇ 4 ਸਾਲ ਆਪਣੇ ਰਾਜ ਦੇ ਸਾਢੇ 14 ਸਾਲਾਂ ਚ ਆਈਐਸ ਆਈਐਸ ਆਈਪੀਐਸ ਅਫਸਰਾਂ ਦੀ ਜਾਂਚ ਕਰਾਓ ਸਾਰੇ ਵੀ ਕਿਹਦੀ ਪ੍ਰਾਪਰਟੀ 'ਚ ਵੇਥਾ ਵਾਧਾ ਹੋਇਆ ਥੋੜੇ ਓਐਸਡੀਆ ਦੀ ਜਾਂਚ ਹੋਣੀ ਚਾਹੀਦੀ ਆ ਜਿਹੜੇ ਤੁਹਾਡੇ ਸਾਢੇ 4 ਸਾਲ ਚ ਓਐਸਡੀ ਲੱਗੇ ਤੁਸੀਂ ਲਾਏ ਆ ਤੁਹਾਨੂੰ ਓਐਸਡੀ ਅਫਸਰਾਂ ਮੈਂ ਤਾਂ ਤੁਹਾਨੂੰ ਸਰੇਮ ਕਿਹਾ ਤੁਸੀਂ ਕਿਹਾ ਮੈਂ ਨਾ ਲੈਦਿਆਂ ਮੈਂ ਕਿਹਾ ਨਹੀਂ ਰੁਕਜੋ ਹਲੇ ਆਪਾਂ 1 ਮਹੀਨਾ ਠਹਿਰ ਕੇ ਜੰਤਕ ਕਰਾਂਗੇ ਉਸ ਬੰਦੇ ਨੂੰ ਫਸਾਇਆ ਨਹੀਂ ਅਸੀਂ ਫਸੇ ਫੁਸੇ ਥੋੜੀ ਆ ਯਾਰ ਫਸਾਇਆ ਕੀ 10 ਦਿਨ ਕੰਮ ਬੰਦ ਹੋ ਗਿਆ ਕਿ ਫਸ ਗਏ ਰਟਾਰਨਾ ਭਰਤੀਆਂ ਦੋ ਦਿਨਾਂ ਨੂੰ ਕੰਮ ਚੱਲ ਪੂ ਰੋਕ ਨਹੀਂ ਸਕਦਾ ਕੋਈ ਮੈਂ ਹੁਣ ਫੇਰ ਤੁਹਾਡੇ ਨਾਲ ਦਾਅਵੇ ਨਾ ਕਹਿਣਾ ਜੇ 2 ਨੰਬਰ ਦਾ ਕੰਮ ਹੁੰਦਾ ਦਰਸ਼ਨ ਸਿੰਘ ਬਰਾੜ ਕਦੇ ਨਹੀਂ 6 ਮਹੀਨੇ ਪਹਿਲਾਂ ਕੈਪਟਨ ਸਰਕਾਰ ਦੇ ਖਿਲਾਫ ਬੋਲਦਾ ਸੀ ਜੇ 2 ਨੰਬਰ ਦਾ ਤੰਦਾ ਹੁੰਦਾ ਮੈਂ ਹੁਣ ਵੀ ਦਾਅਵੇ ਨਾ ਕਹਿਣਾ ਦੋ ਦਿਨਾਂ ਦੇ ਤਿੰਨ ਦਿਨਾਂ ਦੇ ਵਿੱਚ ਚਲਾ ਕੇ ਇਹਨੂੰ ਉੱਥੇ ਮੈਂ ਤੁਹਾ ਜੇ ਪਿਓ ਦਾ ਪੁੱਤ ਹੈ ਨਾ ਜੇ ਮਾੜੀ ਜੀ ਵੀ ਅਣਖ ਹੈਗੀ ਆ ਬਸ ਤਾਂ ਹੈ ਨਹੀਂ ਗੈਰਤ ਕਿਉਂਕਿ ਜਿਹੜਾ ਗੁਰੂ ਤੋਂ ਬੇਮਖੋਜੀ ਉਹਦੇ ਵਿੱਚ ਗੈਰਤ ਹੀ ਨਹੀਂ ਹੁੰਦੀ ਤੇ ਜੇ ਤੇਰੇ ਚ ਮਾੜੀ ਮੋਟੀ ਇੰਨੀ ਕੁ ਵੀ ਬਚੀ ਆ ਕਿਣਕਾ ਭਰ ਵੀ ਤੇ ਆਈ ਉੱਥੇ ਮੈਂ ਮੈਂ ਸਵਾਗਤ ਕਰੂੰਗਾ ਮੈਂ ਤੈਨੂੰ ਉੱਥੇ ਖੜਾ ਮਿਲੂੰਗਾ ਦੱਸ ਕਿ ਆਈ ਪਰ ਮੈਂ ਤਾਂ ਹਲਕੇ ਚ ਹੁੰਦਾ ਨਾ ਮੈਂ ਜਾਣਦਾ ਨਹੀਂ ਇਹ ਇਹ ਪ੍ਰਾਣੀ ਪੋਲਿਟਿਕਸ ਹੈ ਬਾਦਲਾਂ ਨੂੰ ਬਰਾੜਾਂ ਦਾ ਚੈਲੰਜ ਬਰਾੜ ਉਸੇ ਰਾਹ ਤੇ ਤੁਰਦੇ ਪਏ ਆ ਕਿ ਬਾਦਲਾਂ ਨੂੰ ਚੈਲੰਜ ਕੀਤਾ ਜਾਵੇ ਜਦੋਂ ਜਦੋਂ ਤੁਸੀਂ ਸੱਚ ਦੇ ਖਿਲਾਫ ਆਪ ਦਾ ਝੂਠ ਵੱਡਾ ਲਿਆ ਕੇ ਉਹਦੇ ਉੱਤੇ ਥੋਪਣਾ ਚਾਹੋਗੇ ਸੱਚ ਨੂੰ ਦੱਬਣ ਦੀ ਕੋਸ਼ਿਸ਼ ਕਰੋਗੇ ਸੱਚ ਫਿਰ ਸਪ੍ਰਿੰਗ ਵਾਂਗੂ ਬੁੜਕ ਕੇ ਹੋਰ ਜਿਆਦਾ ਤੇਜ਼ ਹੋ ਕੇ ਹਰਚਨ ਬਰਾੜ ਹਰਾਂ ਨੇ ਚੈਲੰਜ ਕੀਤਾ ਸੀਗਾ ਜਗਮੀਤ ਬਰਾੜ ਹਰਾਂ ਨੇ ਚੈਲੰਜ ਕੀਤਾ ਸੀ ਮੈਂ ਉਸ ਪੋਲਿਟਿਕਸ ਦੀ ਗੱਲ ਕਰਦਾ ਪਰ ਉਸੇ ਰਾਹ ਤੇ ਆ ਬਰਾੜਾ ਸਾਡਾ ਉਹ ਰਾਹ ਨਹੀਂ ਹਾਂ ਸਾਡੇ ਰਾਹ ਵੱਖਰੇ ਆ ਅਸੀਂ ਆਪਦੇ ਰਾਹ ਬਣਾ ਕੇ ਚੱਲਦੇ ਆਂ ਅਸੀਂ ਹਰਚਨ ਬਰਾੜ ਜਾਂ ਜਗਮੀਤ ਬਰਾੜ ਕਿਉਂਕਿ ਤੁਸੀਂ ਗੱਲਾਂ ਵੱਡੀਆਂ ਕਰੋ ਤੇ ਮਗਰੋਂ ਤੁਹਾਡੇ ਪੱਲੇ ਕੱਖ ਨਾ ਰਹੇ ਮਗਰੋਂ ਤੁਸੀਂ ਉਹਦੇ ਮੂਰੇ ਹੱਥ ਬੰਨ੍ਹ ਕੇ ਬਹਿ ਜਾਓ ਪਹਿਲਾਂ ਤੁਸੀਂ ਉਹਨੂੰ ਗਾਣਾ ਕੱਢੋ ਫਿਰ ਉਹਦੇ ਸੋਲੇ ਗਾਓ ਇਹ ਕਿੱਥੋਂ ਦਾ ਸਿਸਟਮ ਆ ਬਈ ਤੁਸੀਂ ਜਿਹੋ ਦੇ ਵਿਰੋਧ ਚ ਖੜੇ ਹੋ ਨਾ ਫਿਰ ਤੁਸੀਂ ਜਮੀਰ ਤਾਂ ਨਾ ਮਾਰੋ ਨਾ ਫਿਰ ਤੁਸੀਂ ਸਿਆਸੀ ਆ ਉਹਦੇ ਲਈ ਲੜ ਜੰਦੇ ਹੋ ਬਾਦਲ ਨਾਲ ਸਿਆਸੀ ਆ ਉਹਦੇ ਲਈ ਸਿਆਸੀ ਪਾਵਰ ਲਈ ਜਮੀਰ ਤਾਂ ਮਰ ਗਈ ਇੱਕ ਆਖਰੀ ਸਵਾਲ ਜੋ ਲੋਕਾਂ ਵਿੱਚ ਚਰਚਾ ਦਾ ਮੈਂ ਫਿਰ ਉਸੇ ਸਵਾਲ ਕਰ ਰਿਹਾ ਕੈਪਟਨ ਤੇ ਬਾਦਲ ਆਪਸ ਵਿੱਚ ਚਰਲੇ ਹੋਏ ਆ ਲੋਕਾਂ ਚ ਚਰਚਾ ਲੋਕ ਫੈਸਲਾ ਕਰ ਦੇਣਗੇ ਆਪਾਂ ਕਿਵੇਂ ਕਹਿ ਸਕਦੇ ਆ ਆਪਾਂ ਨੂੰ ਕੀ ਪਤਾ ਆਪਣੇ ਕੋਲੇ ਕੀ ਸਬੂਤ ਆ ਤੁਹਾਨੂੰ ਰਲੇ ਹੋਏ ਲੱਗਦੇ ਕਿ ਨਹੀਂ ਮੈਂ ਤੁਹਾਨੂੰ ਕੀ ਕਹਿ ਰਿਹਾ ਕਿ ਆਪਣੇ ਕੋਲੇ ਕੀ ਪ੍ਰੂਫ ਸਿੱਧੂ ਸਿੱਧੂ ਸਾਹਿਬ ਕਹਿੰਦੇ ਆ 7525 ਸਿੱਧੂ ਸਾਹਿਬ ਬਿਹਤਰ ਦੱਸਣਗੇ ਜੇ ਸਿੱਧੂ ਸਾਹਿਬ ਕੋਲੇ ਕੁਝ ਤੱਥ ਹੋਣਗੇ ਸਿੱਧੂ ਸਾਹਿਬ ਕੋਲੇ ਕੋਈ ਵੀਡੀਓ ਹੋ ਆਡੀਓ ਹੋ ਰਿਕਾਰਡਿੰਗ ਹੋ ਕੋਈ ਸਬੂਤ ਹੋਵੇ ਕਹਿੰਦੇ ਹੋਣਗੇ ਆਪਾਂ ਆਪਾਂ ਨਹੀਂ ਨਾ ਦਾਵਾ ਕਰ ਸਕਦੇ ਹਾਂ ਜੇ 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 ਰਲੇ ਹੋਏ ਆ ਫਿਰ ਦੁਮੰਦ ਭਾਗੀ ਗੱਲ ਕੋਈ ਨਹੀਂ ਫਿਰ ਜਿਹੜੇ ਲੋਕਾਂ ਨੇ 10 ਸਾਲ ਅਕਾਲੀ ਦਲ ਤੋਂ ਕੁੱਟ ਖਾ ਕੇ ਝੂਠੇ ਪਰਚੇ ਕਰਾ ਕੇ ਸਾਡੇ ਵਰਗੇ ਦੇ ਝੂਠੇ ਪਰਚੇ ਹੋਏ ਆ ਉਹ ਕਰਾ ਕੇ ਵੀ ਕਾਂਗਰਸ ਦਾ ਸਾਥ ਦਿੱਤਾ ਕਿ ਅਮਰਿੰਦਰ ਸਿੰਘ ਨੂੰ ਮੁੱਖ ਮੰਤਰੀ ਬਣਾਇਆ ਫਿਰ ਇਸ ਤੋਂ ਮਾੜੀ ਗੱਲ ਨਹੀਂ ਹੋ ਸਕਦੀ ਜੇ ਇਹ ਤੁਸੀਂ ਕਹਿੰਦੇ ਹੋ ਜੇ ਇਹ ਸੱਚ ਆ ਤੁਹਾਡੇ ਨਾਲ ਹੀ ਕਹਿੰਦਾ ਜੇ ਇਹ ਸੱਚ ਆ ਮੈਨੂੰ ਨਹੀਂ ਲੱਗਦਾ ਇਹ ਸੱਚ ਆ ਪਰ ਜੇ ਇਹ ਸੱਚ ਆ ਇਸ ਤੋਂ ਮਾੜੀ ਕੈਪਟਨ ਅਮਰਿੰਦਰ ਸਿੰਘ ਲਈ ਜਾਂ ਬਾਦਲ ਲਈ ਵੀ ਬਾਦਲ ਲਈ ਵੀ ਤੁਸੀਂ ਲੋਕ ਤਾਂ ਲੜਾਤੇ ਪਿੰਡਾਂ 'ਚ ਦੁਸ਼ਮਣੀਆਂ ਪੋਤੀਆਂ ਆ ਆਮ ਆਦਮੀ ਪਾਰਟੀ ਨੇ ਵੀ ਉਹਦੇ ਪੋਸਟਰ ਲਵਾਏ ਸੀ ਕਿ ਮਜੀਠੀਆ ਚੋਰ ਆ ਮਜੀਠੀਆ ਨਸ਼ੇ ਦਾ ਤਸਕਰ ਆ ਫਿਰ ਮਾਫੀ ਮੰਗ ਲਈ ਇਦਾਂ ਦੀ ਸਿਆਸਤ ਨਹੀਂ ਹੋਣੀ ਚਾਹੀਦੀ ਸਿਆਸਤ ਬਦਲਣ ਵਾਲੇ ਹੀ ਸਿਆਸਤ ਦੇ ਵਿੱਚ ਗਰਕ ਗਏ ਚਲੋ ਬਹੁਤ ਧੰਨਵਾਦ ਕਮਲਜੀਤ ਬਰਾੜ ਤੁਹਾਡਾ ਇਹ ਸੰਨ ਕਮਲਜੀਤ ਸਿੰਘ ਬਰਾੜ ਜਿਹਨਾਂ ਨੇ ਬੜੇ ਬੇਬਾਕੀ ਨਾਲ ਜਵਾਬ ਦਿੱਤੇ ਆ ਤੇ ਕੁਝ ਗੱਲਾਂ ਉਹਨਾਂ ਨੇ ਆਪ ਦੇ ਕੋਲ ਰੱਖ ਲਈਆਂ ਕਹਿੰਦੇ ਵਕਤੋਂ ਤੇ ਦੱਸਾਂਗੇ ਵਕਤ ਪੰਜਾਬ ਦਾ ਆ ਕੁ ਹੋਊਗਾ ਸਾਡਾ ਸਵਾਲ ਇਹੀ ਆ ਪੰਜਾਬ ਦੇ ਲਈ ਇਹ ਸਿਆਸਤਦਾਨਾਂ ਵਕਤ ਕਦੋਂ ਲੈ ਕੇ ਆਉਣਗੇ ਜਿਹੜਾ ਚੰਗਾ ਵਕਤ ਹੋਵੇਗਾ ਪੰਜਾਬ ਦੇ ਲਈ ਅਸੀਂ ਉਸ ਦਾ ਇੰਤਜ਼ਾਰ ਕਰਦੇ ਪਏ ਹਾਂ ਇਲਜ਼ਾਮ ਤਰਾਸ਼ੀਆਂ ਹੋ ਰਹੀਆਂ ਇਹਨਾਂ ਇਲਜ਼ਾਮ ਤਰਾਸ਼ੀਆਂ ਦੇ ਵਿਚਾਲੇ ਤੁਹਾਡੇ ਲਈ ਕੀ ਨਿਕਲ ਕੇ ਆਵੇਗਾ ਅਸੀਂ ਇਸੇ ਲਈ ਨੰਬਰ ਵਾਰ ਵਾਰ ਸਵਾਲ ਕਰਦੇ ਹਾਂ ਕਰਦੇ ਰਵਾਂਗੇ ਬਹੁਤ ਬਤ